ਫਿਰ ਸ਼ਬਦਕ ਵੀ ਬਣਾ ਦਿੰਦੇ ਨੇ। ਜਿਹੜਾ ਬੰਦਾ ਗੁਰਬਾਣੀ ਤੋਂ ਤੋੜਦਾ ਹੈ, ਗੁਰਬਾਣੀ ਦੇ ਅਰਥਾਂ ਤੇ ਸ਼ੰਕੇ ਕਰਦਾ ਹੈ, ਦਸਮ ਦੀ ਬਾਣੀ ਤੇ ਸ਼ੰਕੇ ਕਰਦਾ ਹੈ, ਗੁਰੂ ਕੇ ਸਿੱਖ ਨੇ ਉਹਦੀ ਗੱਲ ਕਦੀ ਵੀ ਕੰਨਾਂ 'ਚ ਨਹੀਂ ਪੈਣ ਦੇਣੀ। ਸਿੱਖੀ ਸ਼ਰਧਾ ਦੀ ਹੈ, ਸ਼ਰਧਾ ਹੀ ਸ਼ਰਧਾ ਰੱਖਣੀ ਹੈ। ਸ਼ਰਧਾ ਨਾਲ ਗੁਰੂ ਕੇ ਸਿੱਖ ਦਾ ਮਨ ਭਰਪੂਰ ਰਵੇ। ਬਸ ਗੁਰੂ ਗ੍ਰੰਥ ਸਾਹਿਬ ਰੱਬ, ਦਸ ਪਾਤਸ਼ਾਹੀਆਂ ਰੱਬ ਤੇ ਗੁਰੂ ਦਸਮ ਪਾਤਸ਼ਾਹ ਦੀ ਬਾਣੀ, ਗੁਰੂ ਕਲਗੀ ਧਰ ਦਾ ਆਪਣਾ ਸਰੂਪ, ਐਸੀ ਸ਼ਰਧਾ ਗੁਰੂ ਕੇ ਸਿੱਖ ਨੇ ਰੱਖਣੀ ਹੈ। ਸ਼ਰਧਾ ਵਾਲਾ ਪੱਲਾ ਨਹੀਂ ਕਦੀ ਵੀ ਛੱਡਣਾ ਤੇ ਪ੍ਰੀਤ ਤੇ ਪ੍ਰਤੀਤ ਦੇ ਨਾਲ ਜੁੜ ਕੇ ਰਹਿਣਾ ਹੈ। ਜਿਹੜੇ ਨਿਸ਼ਬਦਕ ਪੁਣੇ ਦੀਆਂ ਗੱਲਾਂ ਕਰਦੇ ਨੇ, ਉਹਨਾਂ ਨੂੰ ਗੁਰੂ ਕੀ ਸੰਗਤ ਨੇ ਕਦੀ ਵੀ ਪ੍ਰਵਾਨ ਨਹੀਂ ਕਰਨਾ। ਜਿਹੜਾ ਮਨੁੱਖ ਗੁਰੂ ਗ੍ਰੰਥ ਸਾਹਿਬ ਨਾਲ ਜੋੜਦਾ, ਦਸਮ ਨਾਲ ਜੋੜਦਾ ਹੈ, ਗੁਰੂ ਕੀ ਬਾਣੀ ਨਾਲ ਜੋੜਦਾ ਹੈ, ਉਹਨੂੰ ਆਪਣਾ ਵੀਰ ਭਾਈ ਸਮਝਣਾ ਹੈ। ਸੋ ਸ਼ਰਧਾ ਵਾਲਾ ਪਾਸਾ ਕਦੀ ਨਹੀਂ ਛੱਡਣਾ ਤੇ ਇਹ ਜਿਹੜਾ ਮੋਰਚਾ ਹੈ, ਇਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਹੈ, ਗੁਰਬਾਣੀ ਦੇ ਗੁੜ ਕੇ ਪੋਥੀਆਂ ਦੀ ਬੇਅਦਬੀ ਦੇ ਰੋਸ ਵਜੋਂ ਹੈ। ਮਾਰਗ ਦੇ ਸਰੂਪਾਂ ਦੇ ਅੰਗ ਬਰਗਾੜੀ ਨਗਰ ਵਿੱਚ ਖਲਾਰਨ ਦੀ ਘੋਰ ਬੇਅਦਬੀ ਦੇ ਰੋਸ ਵਜੋਂ ਹੈ ਤੇ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕਰਕੇ ਦੁਸ਼ਟਾਂ ਨੇ ਲੈ ਜਾ ਰਹੇ, ਉਹ ਮਹਾਰਾਜ ਦੇ ਸਰੂਪ ਚੋਰੀ ਹੋਣ ਦੀ ਬੇਅਦਬੀ ਦੇ ਮਹਾਨ ਵੱਡੇ ਰੋਸ ਵਜੋਂ ਇਹ ਮੋਰਚਾ ਹੈ। ਤੇ ਜਿਹੜੇ ਸਾਡੇ ਮਹਾਨ ਸਿੱਖਾਂ ਦੇ ਮਹਾਨ ਸਿੱਖ ਨੌਜਵਾਨ ਜਿਨ੍ਹਾਂ ਨੇ ਸਿੱਖਾਂ ਦੇ ਘਰ ਜਨਮ ਪ੍ਰਾਪਤ ਕੀਤਾ, ਉਹ ਸਾਡੇ ਵੀਰਾਂ ਨੂੰ ਦੁਸ਼ਟਾਂ ਨੇ, ਜ਼ਾਲਮਾਂ ਨੇ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਸੀ ਚੱਲਦੇ ਧਰਨਿਆਂ ਦੌਰਾਨ, ਤੇ ਹਜ਼ਾਰਾਂ ਸੈਂਕੜੇ ਸੰਗਤਾਂ ਨੂੰ ਡਾਂਗਾਂ ਨਾਲ ਕੁੱਟਿਆ, ਸਾਡੇ ਬਜ਼ੁਰਗਾਂ ਦੀ ਬੇਇੱਜ਼ਤੀ ਕੀਤੀ। ਉਹਨਾਂ ਦੁਸ਼ਟਾਂ ਗਦਾਰਾਂ ਦਾ ਸਦਾ ਵਿਰੋਧ ਕਰੋ। ਗੁਰੂ ਕੇ ਸਿੱਖ ਨੇ ਹਮੇਸ਼ਾ ਗੁਰੂ ਪੰਥ ਦੇ ਕੁੱਕਰ ਬਣ ਕੇ ਰਹਿਣਾ ਤੇ ਗੁਰੂ ਕੇ ਸਿੱਖ ਨੇ ਹਮੇਸ਼ਾ ਗੁਰੂ ਪੰਥ ਦੇ ਚਰਨਾਂ ਦੀ ਧੂੜ ਦਾ ਕਿਣਕਾ ਹੀ ਆਪਣੇ ਆਪ ਨੂੰ ਸਮਝਣਾ। ਗੁਰੂ ਪੰਥ ਦੇ ਅੱਗੇ ਨਿਮਰਤਾ ਵਿਖਾਲਣ ਵਾਲਿਆਂ ਨੂੰ ਗੁਰੂ ਪੰਥ ਪਿਆਰ ਦਿੰਦਾ ਹੈ, ਤੇ ਜਿਹੜੇ ਗੁਰੂ ਪੰਥ ਦੇ ਅੱਗੇ ਹੰਕਾਰਦੇ ਨੇ, ਗੁਰੂ ਪੰਥ ਉਹਨਾਂ ਨੂੰ ਦਰਕਾਰ ਦਿੰਦਾ ਹੈ। ਇਸ ਕਰਕੇ ਗੁਰੂ ਪੰਥ ਵੱਡਾ ਹੈ, ਕੋਈ ਮਨੁੱਖ ਵੱਡਾ ਨਹੀਂ। ਗੁਰੂ ਕੀ ਸੰਗਤ ਵੱਡੀ ਹੈ, ਕੋਈ ਆਦਮੀ ਵੱਡਾ ਨਹੀਂ। ਗੁਰੂ ਪੰਥ ਵੱਡਾ ਹੈ, ਗੁਰੂ ਪੰਥ ਵੱਡਾ ਹੈ। ਆਗਿਆ ਚੱਲੇ ਪੰਥ ਕੀ ਖਾਹੇ ਨਾ ਜੰਮੀ ਪਾਣ, ਜਿਹੜਾ ਗੁਰੂ ਪੰਥ ਦੀ ਆਗਿਆ ਵਿੱਚ ਚੱਲਦਾ, ਜਮਾਂ ਦੀ ਬਾਣ ਸਜ਼ਾ ਉਹਨੂੰ ਨਹੀਂ ਪ੍ਰਾਪਤ ਹੁੰਦੀ, ਉਹ ਜਮਾਂ ਦੀ ਸਜ਼ਾ ਤੋਂ ਬਚ ਜਾਂਦਾ ਹੈ। ਅੱਜ ਪੰਥ ਦੀ ਯੋਗ ਅਗਵਾਈ, ਸਤਿਕਾਰਯੋਗ ਸ਼ਖਸੀਅਤ, ਗੁਰੂ ਪੰਥ ਦੇ ਅਨਮੋਲ ਮਹਾਨ ਸੱਚ ਤੇ ਪਹਿਰਾ ਦੇਣ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਜੀ ਮੰਡ, ਜਿਨ੍ਹਾਂ ਨੂੰ ਗੁਰੂ ਕਲਗੀਧਰ ਜੀ ਨੇ ਦ੍ਰਿੜਤਾ ਤੇ ਹੌਸਲੇ ਦੀ ਦਾਤ ਦਿੱਤੀ ਤੇ ਮਹਾਰਾਜ ਨੇ ਮਨ ਵਿੱਚ ਫੁਰਨੇ ਦਿੱਤੇ ਕਿ ਗੁਰੂ ਕਿਆ ਸਿੱਖਾ ਬੇਅਦਬੀ ਦੇ ਵਿਰੁੱਧ ਵੱਡਾ ਮਹਾਨ ਮੋਰਚਾ ਦਾ ਤੇ ਗੁਰੂ ਪੰਥ ਇਕੱਠਾ ਹੋਵੇ। ਸੋ ਜਦੋਂ ਦਾ ਧਿਆਨ ਸਿੰਘ ਜੀ ਮੰਡ ਦ੍ਰਿੜਤਾ ਵਾਲੇ ਸਿੱਖ ਪੰਥ ਨੂੰ ਇੱਕ ਮਹਾਨ ਜਥੇਦਾਰ ਦੇ ਰੂਪ ਵਿੱਚ ਮਿਲੇ ਨੇ, ਇਹ ਸਮੁੱਚੇ ਪੰਥ ਨੂੰ ਦਾਸ ਦੀ ਇੱਕ ਛੋਟੇ ਜਿਹੇ ਕਿਰਮ ਜੰਤ ਹੋਣ ਦੇ ਰੂਪ ਵਿੱਚ ਤੇ ਗੁਰੂ ਪੰਥ ਦੇ ਚਰਨਾਂ ਦੀ ਧੂੜ ਦਾ ਕਿਣਕਾ ਹੋਣ ਦੇ ਰੂਪ ਵਿੱਚ ਦਾਸ ਸਮੁੱਚੇ ਗੁਰੂ ਪੰਥ ਖਾਲਸੇ ਨੂੰ ਪੰਜਾਬ ਵਿੱਚ, ਪੰਜਾਬ ਤੋਂ ਬਾਹਰ
ਬਾਹਰ ਦੀਆਂ ਸਟੇਟਾਂ ਵਿੱਚ ਬੈਠੇ ਗੁਰਸਿੱਖਾਂ ਨੂੰ, ਸਿੱਖ ਨੌਜਵਾਨ ਵੀਰਾਂ ਨੂੰ, ਪੰਜਾਬ ਦੇ ਸਿੱਖ ਨੌਜਵਾਨ ਵੀਰਾਂ ਨੂੰ, ਪੱਗ ਦਰਦੀ ਵੀਰਾਂ ਨੂੰ, ਅਤੇ ਵਿਦੇਸ਼ਾਂ ਦੀ ਧਰਤੀ ਵਿੱਚ ਬੈਠੇ ਸਾਡੇ ਸਿੱਖ ਵੀਰ ਗੁਰਸਿੱਖ ਵੀਰਾਂ ਨੂੰ, ਨੌਜਵਾਨ ਵੀਰਾਂ ਨੂੰ ਦਾਸ ਬੇਨਤੀ ਕਰਦਾ ਹੈ, ਇਸ ਮਹਾਨ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਲਾਏ ਮੋਰਚੇ ਨੂੰ ਵੱਧ ਤੋਂ ਵੱਧ ਸਹਿਯੋਗ ਦਿਓ, ਵੱਧ ਤੋਂ ਵੱਧ ਸਮਰਥਨ ਦਿਓ, ਤੇ ਬਾਬਾ ਬਲਜੀਤ ਸਿੰਘ ਜੀ ਦਾਦਰ ਸਾਹਿਬ ਵਾਲੇ, ਬਾਬਾ ਬਲਦੀਪ ਸਿੰਘ ਜੀ ਚਾਨਪੁਰਾ ਵਾਲੇ, ਜੋ ਬਹੁਤ ਪ੍ਰੇਮ ਦੇ ਨਾਲ ਅੱਜ ਕੌਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਬਰਗਾੜੀ ਮੋਰਚੇ ਤੋਂ। ਆਓ ਤੁਹਾਡੇ ਸਾਰਿਆਂ ਨਾਲ ਸਤ ਦੀ ਸਾਂਝ ਪਾਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬਰਗਾੜੀ ਮੋਰਚੇ ਦਾ 15ਵਾਂ ਦਿਨ ਆ, 15 ਜੂਨ ਤਰੀਕ ਅੱਜ ਆ। ਇੱਥੇ ਵੇਖ ਰਹੇ ਹੋਗੇ ਤੁਸੀਂ ਪਿੱਛੇ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਇੱਥੇ ਆਈਆਂ ਹੋਈਆਂ, ਜਿਹੜੀਆਂ ਇਸ ਮੋਰਚੇ ਨੂੰ ਆਪਣਾ ਸਮਰਥਨ ਦੇ ਰਹੀਆਂ। ਇਹ ਮੋਰਚਾ ਜਿਹੜਾ ਵਾ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਲਈ ਲੱਗਾ ਹੋਇਆ, ਜਿਸ ਦੀ ਅਗਵਾਈ ਜਹਿਦਰ ਭਾਈ ਧਿਆਨ ਸਿੰਘ ਮੰਡ, ਜਹਿਦਰ ਭਾਈ ਬਲਜੀਤ ਸਿੰਘ ਦਾਦੋਵਾਲ ਕਰ ਰਹੇ ਹਨ। ਇਸ ਵੇਲੇ ਸਟੇਜ ਦੇ ਉੱਤੇ ਜਿਹੜੇ ਬਾਬਾ ਅਜੀਤ ਸਿੰਘ ਲੋਹਗੜ ਵਾਲੇ ਕਥਾ ਵਿਚਾਰ ਰੱਖ ਰਹੇ ਆ। ਥੋੜੇ ਹੀ ਚਿਰਾਂ ਦੇ ਵਿੱਚ ਜਿਹੜੀਆਂ ਆਈਆਂ ਹੋਈਆਂ ਸੰਗਤਾਂ ਤੇ ਆਗੂ ਸਾਹਿਬਾਨ ਜਿਹੜੇ ਆਏ ਹੋਏ ਆ, ਉਹਨਾਂ ਸਾਰਿਆਂ ਦਾ ਧੰਨਵਾਦ ਕਰਨ ਲਈ ਜਹਿਦਰ ਭਾਈ ਬਲਜੀਤ ਸਿੰਘ ਦਾਦੋਵਾਲ ਸਟੇਜ ਤੇ ਪਹੁੰਚਣ ਵਾਲੇ ਆ। ਅਸੀਂ ਤੁਹਾਨੂੰ ਸਿੱਧਾ ਉਹਨਾਂ ਦਾ ਜਿਹੜਾ ਉਹਨਾਂ ਦੀ ਤਕਰੀਰ ਆ ਉਹ ਤੁਹਾਡੇ ਨਾਲ ਛੇਤੀ ਸਾਂਝੀ ਕਰ ਰਹੇ ਹਾਂ। ਇਸ ਮੋਰਚੇ ਦਾ ਬਹੁਤ ਵੱਡਾ ਰਹੀ ਹੈ ਤੇ ਦਾਸ ਇਸ ਮੋਰਚੇ ਨੂੰ ਬਹੁਤ ਬਹੁਤ ਜ਼ਿਆਦਾ ਇਸ ਮੋਰਚੇ ਦੀ ਸ਼ਲਾਘਾ ਕਰਦਾ ਹੈ ਤੇ ਦਾਸ ਭਾਈ ਧਿਆਨ ਸਿੰਘ ਮੰਡ ਜੀ ਦੇ ਨਾਲ ਹੈ। ਭੁੱਲ ਚੁੱਕ ਦੀ ਖਿਮਾ। ਉਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਾਬਾ ਅਜੀਤ ਸਿੰਘ ਜੀ ਕਰਤਾਰਪੁਰ ਸਾਹਿਬ ਵਾਲੇ। ਬਹੁਤ ਹੀ ਵਧੀਆ ਵਿਚਾਰਾਂ ਆਪ ਸਿੱਖਾਂ ਦੇ ਨਾਲ ਸਾਂਝੀਆਂ ਕੀਤੀਆਂ। ਸੋ ਸਾਡੇ ਵਿਚਾਰ ਪਹੁੰਚੇ ਹੈ ਸਰਦਾਰ ਸੁਰਿੰਦਰ ਸਿੰਘ ਜੀ ਘਰਿਆਲਾ ਬਾਨੀ ਖਾਲੜਾ ਮਿਸ਼ਨ, ਸਰਦਾਰ ਬਲਵਿੰਦਰ ਸਿੰਘ ਜੀ ਜਬਾਲ ਚੇਅਰਮੈਨ ਖਾਲੜਾ ਮਿਸ਼ਨ ਕਮੇਟੀ ਸਾਡੇ ਵਿਚਾਰ ਪਹੁੰਚੀ ਹੈ। ਧੰਨਵਾਦ ਹੈ ਜੀ। ਜਿੱਥੇ ਕੱਲੋਂ ਸਾਡੇ ਵਿਚਾਰ ਸਰਕਾਰ ਦੀ ਵਿਰੋਧੀ ਧਿਰ ਪਾਰਟੀ ਆਮ ਆਦਮੀ ਪਾਰਟੀ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਆਪਣੇ ਸਾਰੇ MLA ਸਮੇਤ ਅਤੇ ਬਹੁਤ ਵੱਡੇ ਕਾਫਲੇ ਦੇ ਸਮੇਤ ਇਸ ਪੰਥਕ ਮੋਰਚੇ ਵਿੱਚ ਸ਼ਮੂਲੀਅਤ ਕਰ ਰਹੇ ਹੈ। ਕੱਲ ਨੂੰ 11 ਵਜੇ ਉੱਥੇ, ਕੱਲ ਨੂੰ ਗੋਲੀਆਣਾ ਮੰਡੀ ਤੋਂ ਬਾਬਾ ਗੁਰਦੀਪ ਸਿੰਘ ਜੀ ਚਾਂਦਪੁਰਾ ਵਾਲੇ, ਉਹ ਵੀ ਬਹੁਤ ਵੱਡਾ ਕਾਫਲਾ ਲੈ ਕੇ ਪਹੁੰਚ ਰਹੇ ਹੈ, ਮੋਟਰਸਾਈਕਲਾਂ ਦਾ ਪਾਠ ਲੈ ਕੇ ਪਹੁੰਚ ਰਹੇ ਹੈ। ਧੰਨਵਾਦ ਜੀ। ਸੋ ਸਾਡੇ ਵਿਚਕਾਰ ਬੇਅੰਤ ਸ਼ਖਸੀਅਤਾਂ, ਜਿਨ੍ਹਾਂ ਦੇ ਵਿੱਚ ਬਾਰ ਐਸੋਸੀਏਸ਼ਨ ਬਠਿੰਡਾ ਵੱਲੋਂ ਵਕੀਲਾਂ ਦਾ ਜੱਥਾ ਆਇਆ ਹੈ, ਜਿਨ੍ਹਾਂ ਦੀ ਅਗਵਾਈ ਸਰਦਾਰ ਹਰਿੰਦਰ ਸਿੰਘ ਜੀ ਆਗਲੀਆ ਅਤੇ ਗੁਰਪ੍ਰੀਤ ਸਿੰਘ ਜੀ ਸਿੱਧੂ ਕਰ ਰਹੇ ਹੈ। ਧੰਨਵਾਦ ਹੈ ਜੀ। ਦਰਸ਼ਨ ਸਿੰਘ ਜੀ ਭਾਗੂ ਅਬੋਹਰ ਤੋਂ ਸਾਡੇ ਵਿਚਾਰ ਪਹੁੰਚੇ, ਧੰਨਵਾਦ ਹੈ ਜੀ। ਭਾਈ ਗੁਰਸੇਵਕ ਸਿੰਘ ਜੀ ਜਵਾਰ ਕੇ, ਗਿਆਨੀ ਰਾਜਪਾਲ ਸਿੰਘ ਜੀ ਖਾਲਸਾ ਪਹੁੰਚੀ ਹੈ, ਧੰਨਵਾਦ ਹੈ ਜੀ। ਹੁਣ ਮੈਂ ਬੇਨਤੀ ਕਰੂੰਗਾ ਸਿੰਘ ਸਾਹਿਬ ਭਾਈ ਬਲਜੀਤ ਸਿੰਘ ਜੀ ਦਾਦੋਵਾਲ ਤੇ ਆਏ ਸੰਤ ਮਹਾਂਪੁਰਸ਼ਾਂ ਦਾ ਅਤੇ ਸਿੱਖ ਸੰਗਤਾਂ ਦਾ ਧੰਨਵਾਦ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰ ਜੋ ਗੁਰੂ ਕੇ ਸਾਜੇ ਨਵਾਜੇ ਪੰਥ ਖਾਲਸਾ ਜੀ ਗੱਡ ਕੇ ਸਾਡੇ ਬੁਲਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫਿਰ ਸਾਰੀਆਂ ਸੰਗਤਾਂ ਜਿਵੇਂ ਮਾਈ ਭਾਈ ਬੱਚੇ ਬਜ਼ੁਰਗ ਨੌਜਵਾਨ ਸੰਤ ਮਹਾਂਪੁਰਖ ਪੰਥਕ ਆਗੂ ਇੱਥੇ ਪਹੁੰਚੇ ਸਾਰੇ ਗੱਜ ਕੇ ਫਤਿਹ ਬੁਲਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਾਰੇ ਬੜੇ ਅਦਭੁਤ ਸਤਿਕਾਰ ਦੇ ਸਹਿਤ ਬਰਗਾੜੀ ਦੀ ਧਰਤੀ ਤੇ ਇਨਸਾਫ ਮੋਰਚੇ ਦੇ ਵਿੱਚ ਦੂਰ ਦਰਾਡਿਆਂ ਤੋਂ ਚੱਲ ਕੇ ਪਹੁੰਚੇ ਉਹ ਸਾਰਿਆਂ ਨੂੰ ਜੀ ਆਇਆਂ ਆਖਿਆ ਜਾਂਦਾ। ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਜੇ ਪਾਤਸ਼ਾਹ ਮਹਾਰਾਜ ਦੇ ਬੇਅਦਬੀ ਜੋ ਪੰਥ ਦੋਖੀਆਂ ਦੇ ਵੱਲੋਂ ਕੀਤੀ ਗਈ 3 ਸਾਲ ਪਹਿਲਾਂ 1 ਜੂਨ ਤੋਂ ਮਹਾਰਾਜ ਦੇ ਸਰੂਪ ਗੁਰਜਵਾਨ ਸਿੰਘ ਵਾਲਾ ਤੋਂ ਚੋਰੀ ਕਰਕੇ ਫਿਰ ਬਰਗਾੜੀ ਪਿੰਡ ਦੀਆਂ ਗਲੀਆਂ ਤੇ ਹੋਰ ਥਾਵਾਂ ਤੇ ਥਾਂ ਥਾਂ ਤੇ ਬੇਅਦਬੀ ਹੋਈ ਪਰ ਅੱਜ ਤੱਕ ਇਨਸਾਫ ਨਹੀਂ ਹੋਇਆ। ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਸਿੰਘਾਂ ਨੂੰ ਪੰਜਾਬ ਸਰਕਾਰ ਨੇ ਗੋਲੀਆਂ ਮਾਰ ਕੇ ਸ਼ਹੀਦ ਕੀਤਾ, ਦੋਸ਼ੀ ਫੜੇ ਨਹੀਂ ਗਏ। ਸਾਡੇ ਸਿੱਖ ਨੌਜਵਾਨ ਲੰਬੇ ਸਮੇਂ ਤੋਂ ਜੇਲ੍ਹਾਂ 'ਚ ਬੈਠੇ ਆ, ਉਹਨਾਂ ਦੀਆਂ ਪੈਰੋਲਾਂ, ਰਿਹਾਈਆਂ ਤੇ ਜੇਲ ਤਬਦੀਲੀਆਂ ਰੁਕੀਆਂ ਪਈਆਂ। ਇਹਨਾਂ 3 ਮੰਗਾਂ ਨੂੰ ਲੈ ਕੇ ਇਹ ਜਿਹੜਾ ਇਨਸਾਫ ਮੋਰਚਾ 1 ਜੂਨ ਨੂੰ ਵੱਡਾ ਇਕੱਠ ਬਰਗਾੜੀ ਦੀ ਦਾਣਾ ਮੰਡੀ 'ਚ ਹੋਇਆ ਔਰ ਜਿੱਥੇ ਜਥੇਦਾਰ ਭਾਈ ਧਿਆਨ ਸਿੰਘ ਦੀ ਮੰਡ ਉਹਨਾਂ ਨੇ ਅਨਾਊਂਸ ਕੀਤਾ, ਐਲਾਨ ਕੀਤਾ ਇਸ ਇਨਸਾਫ ਮੋਰਚੇ ਦਾ ਕਿ ਪੱਕੇ ਤੌਰ ਤੇ ਬਰਗਾੜੀ ਦੀ ਧਰਤੀ ਤੇ ਲਾ ਕੇ ਬਹਿ ਕੇ ਜਿੱਥੇ ਆਪਾਂ ਦਿਨ ਰਾਤ ਆਮ ਸੰਗਤਾਂ ਸੰਤ ਮਹਾਂਪੁਰਖ ਜਥੇਬੰਦੀਆਂ ਦੇ ਆਗੂ ਹਾਜ਼ਰੀ ਭਰ ਰਹੇ ਹਾਂ। ਮੈਂ ਬੇਨਤੀ ਕਰਾਂ ਅੱਜ ਬਰਗਾੜੀ ਇਨਸਾਫ ਮੋਰਚਾ 15ਵੇਂ ਦਿਨ 'ਚ ਦਾਖਲ ਹੋ ਚੁੱਕਿਆ। ਰੋਜ਼ਾਨਾ ਇਹ ਸਿੱਖ ਸੰਗਤਾਂ ਸੰਤ ਮਹਾਂਪੁਰਖ ਪੰਥਕ ਜਥੇਬੰਦੀਆਂ ਦੇ ਆਗੂ ਸਾਹਿਬਾਨ ਇਸ ਮੋਰਚੇ ਦੇ ਵਿੱਚ ਗੁਰਮਤਿ ਪਿਆਰੇ ਉਹ ਸ਼ਮੂਲੀਅਤ ਕਰ ਰਹੇ, ਆਪਣਾ ਸਮਰਥਨ ਦੇ ਰਹੇ ਹੈ। ਗੁਰੂ ਦੇ ਲੰਗਰਾਂ ਦੀ ਸੇਵਾ, ਸ਼ਬੀਲਾਂ ਦੀ ਸੇਵਾ ਔਰ ਵੱਡੇ ਵੱਡੇ ਮੋਟਰਸਾਈਕਲ ਮਾਰਚ ਗੁਰਮਤਿ ਪਿਆਰੇ ਉਹ ਕਾਰਾਂ ਗੱਡੀਆਂ ਤੇ ਰੋਸ ਮਾਰਚ ਇੱਥੇ ਪਹੁੰਚ ਰਹੇ ਵੱਖ ਵੱਖ ਨਗਰਾਂ ਤੋਂ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਮੈਂ ਬੇਨਤੀ ਕਰਾਂ ਅੱਜ ਵੀ ਗੁਰਮਤਿ ਪਿਆਰਿਓ ਇਸ ਜਗ੍ਹਾ ਦੇ ਉੱਪਰ ਬਰਗਾੜੀ ਦੀ ਧਰਤੀ ਇਨਸਾਫ ਮੋਰਚੇ ਦੇ ਜਿੱਥੇ ਜਥੇਦਾਰ ਭਾਈ ਧਿਆਨ ਸਿੰਘ ਜੀ ਲਗਾਤਾਰ 1 ਜੂਨ ਤੋਂ ਬੈਠੇ ਹੋਏ ਹੈ, ਅੱਜ ਦੇ ਗੁਰਮਤਿ ਪਿਆਰਿਓ ਇਸ 15ਵੇਂ ਦਿਨ ਦੇ ਉੱਪਰ ਬਹੁਤ ਸਾਰੇ ਸੰਤ ਮਹਾਂਪੁਰਖ ਜਿਸ ਤਰ੍ਹਾਂ ਜੇ ਮੈਂ ਉਹਨਾਂ ਦਾ ਧੰਨਵਾਦ ਕਰਾਂ ਤੇ ਬਾਬਾ ਨਛੱਤਰ ਸਿੰਘ ਜੀ ਕਾਲੀ ਕੰਬਲੀ ਵਾਲੇ, ਬਾਬਾ ਅਜੀਤ ਸਿੰਘ ਜੀ ਦਮਦਮੀ ਟਕਸਾਲ ਪੁੰਗਾ ਦਿਆਲਪੁਰਾ, ਬਾਬਾ ਫੌਜਾ ਸਿੰਘ ਸੁਭਾਨੇ ਵਾਲੇ, ਬਾਬਾ ਬਲਦੇਵ ਸਿੰਘ ਧਰਮਪੁਰਾ ਵਾਲੇ, ਬਾਬਾ ਪ੍ਰਦੀਪ ਸਿੰਘ ਚਾਂਦਪੁਰੇ ਵਾਲੇ, ਬਾਬਾ ਲਾਲਦਾਸ ਲੰਘਿਆਂ, ਬਾਬਾ ਜਗਦੀਰ ਦਾਸ ਜੀ, ਬਾਬਾ ਸਾਧੂ ਰਾਮ ਜੀ ਖਾਈ ਵਾਲੇ, ਬਾਬਾ ਅਵਤਾਰ ਸਿੰਘ ਜੀ ਨਿਹੰਗ ਸਿੰਘ, ਬਾਬਾ ਬੂਟਾ ਸਿੰਘ ਜੀ ਦੀਪਕ ਔਰ ਬਾਬਾ ਚਮਕੌਰ ਸਿੰਘ ਜੀ ਭਾਈ ਰੂਪਾ ਜੋ ਲਗਾਤਾਰ ਇੱਥੇ ਨਾਲੇ ਕਥਾ ਕੀਰਤਨ ਦੀ ਸੇਵਾ ਔਰ ਰੋਜ਼ਾਨਾ ਮੋਰਚੇ 'ਚ ਹਾਜ਼ਰੀ ਭਰ ਰਹੇ ਹੈ। ਇਸੇ ਤਰ੍ਹਾਂ ਵੱਡੇ ਵੱਡੇ ਕਾਫਲੇ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਭਾਈ ਗੁਰਚਰਨ ਸਿੰਘ ਗੁਰਸੀ ਪਵਾਰ ਬਟਾਲੇ ਤੋਂ, ਭਾਈ ਗੁਰਮੀਤ ਸਿੰਘ ਪਠਾਨਕੋਟ ਤੋਂ ਆਪਣੇ ਸਾਥੀਆਂ ਸਮੇਤ ਇੱਥੇ ਪਹੁੰਚੇ ਆ, ਭਾਈ ਪਰਮਿੰਦਰ ਸਿੰਘ ਬਾਲਿਆਂ ਵਾਲੀ ਜਥਾ ਲੈ ਕੇ ਆਏ, ਉਹਨਾਂ ਦੇ ਨਾਲ ਬਹੁਤ ਸਾਰੇ ਵਕੀਲਾਂ ਦਾ ਜਥਾ ਵੀ ਇੱਥੇ ਪਹੁੰਚਿਆ, ਜਿਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ। ਭਾਈ ਗੁਰਸੇਵ ਸਿੰਘ ਜਵਾਲਕੇ, ਭਾਈ ਗੁਰਦੀਪ ਸਿੰਘ ਬਠਿੰਡਾ, ਭਾਈ ਪਰਮਜੀਤ ਸਿੰਘ ਸਹੌਲੇ,
ਔਰ ਇਸੇ ਤਰ੍ਹਾਂ ਭਾਈ ਬੂਟਾ ਸਿੰਘ ਜੀ ਰਣਸੀ, ਭਾਈ ਜਸਕਲ ਸਿੰਘ, ਕਾਰ ਸਿੰਘ ਵਾਲਾ ਜੋ ਲਗਾਤਾਰ ਇਸ ਮੋਰਚੇ ਦੇ ਦਿਨ ਰਾਤ ਸੇਵਾ ਨਿਭਾ ਰਹੇ ਹੈ, ਭਾਈ ਮਖਵਿੰਦਰ ਸਿੰਘ ਜੀ ਆਦੀਆਂ ਗੁਰਦਾਸਪੁਰ ਤੋਂ ਚੱਲ ਕੇ ਆਏ ਹੈ, ਝੂਠੇ ਸੋਟੇ ਵਾਲੇ ਗੁਰਮੀਤ ਰਾਮ ਰਹੀਮ ਦੇ ਖਿਲਾਫ਼ ਲੰਬੇ ਸਮੇਂ ਤੋਂ ਲੜਾਈ ਕਰਨ ਵਾਲੇ ਭਾਈ ਗੁਰਦਾਸ ਸਿੰਘ ਦੂਰ ਇੱਥੇ ਆਏ ਹੈ, ਮੀਡੀਆ ਵਾਲੇ ਵੀਰ ਭਾਈ ਬੱਬਲਪ੍ਰੀਤ ਸਿੰਘ ਔਰ ਅਕਾਲ ਚੈਨਲ, ਆਵਾਜ਼ੇ ਕੌਮ, ਸਿੱਖ ਚੈਨਲ, ਕੇ ਟੀਵੀ, ਵੱਖ ਵੱਖ ਚੈਨਲ ਇੱਥੇ ਪਹੁੰਚੇ ਔਰ ਜੋ ਲਗਾਤਾਰ ਸੇਵਾ ਨਿਭਾ ਰਹੇ ਹੈ ਸਿੰਘ। ਵੱਡੀ ਗਿਣਤੀ ਦੇ ਵਿੱਚ ਕਾਫਲਾ ਭਾਈ ਸੁਖਜੀਤ ਸਿੰਘ ਜੀ ਕੋਸਾ ਉਹਨਾਂ ਦੇ ਸਾਥੀ ਨਾਲ, ਭਾਈ ਰਵਿੰਦਰ ਸਿੰਘ, ਜਸਵਿੰਦਰ ਸਿੰਘ ਪੰਜ ਦਰਾਈ ਤੋਂ ਹੋਰ ਬਹੁਤ ਸਾਰੇ ਸਿੱਖ ਨੌਜਵਾਨ ਅੱਜ ਇਸ ਗੁਰਗਾੜੀ ਇਨਸਾਫ਼ ਮੋਰਚੇ ਦੇ ਵਿੱਚ ਜਥਾ ਲੈ ਕੇ ਹਾਜ਼ਰ ਹੋਏ, ਉਹਨਾਂ ਨੂੰ ਵੀ ਜੀ ਆਇਆ ਆਖਦੇ ਆ। ਔਰ ਇਸੇ ਤਰ੍ਹਾਂ ਗੁਰਮੁਖ ਪਿਆਰੇ ਭਾਈ ਸੁਖਦੇਵ ਸਿੰਘ, ਭਾਈ ਜਸਵਿੰਦਰ ਸਿੰਘ ਸਾਹਿਬ, ਭਾਈ ਜਗਤਪਾਲ ਸਿੰਘ ਡਗਰੋ, ਭਾਈ ਜਗਜੀਤ ਸਿੰਘ ਜੀ ਭੁੱਲਰ, ਜਗਦੀਪ ਸਿੰਘ ਭੁੱਲਰ, ਭਾਈ ਮਨਵੀਰ ਸਿੰਘ ਮੰਡ, ਭਾਈ ਗਿਆਨ ਸਿੰਘ ਮੰਡ, ਭਾਈ ਇੰਦਰਜੀਤ ਸਿੰਘ ਮੁਰਸੀ, ਬਹੁਤ ਸਾਰੇ ਸਿੱਖ ਕਰੈਲ ਤੋਂ ਗੁਰਮੁਖ ਪਿਆਰੇ ਭਾਈ ਰਣਜੀਤ ਸਿੰਘ, ਹੋਰ ਬਹੁਤ ਸਾਰੇ ਜਥਾ ਲੈ ਕੇ ਔਰ ਬੀਬੀਆਂ ਭੈਣਾਂ ਸਾਡੀਆਂ ਜਥੇ ਲੈ ਕੇ ਇੱਥੇ ਪਹੁੰਚੀਆਂ ਨੇ। ਅਸੀਂ ਸਾਰਿਆਂ ਦਾ ਧੰਨਵਾਦ ਭਾਈ ਸੁਖਦੇਵ ਸਿੰਘ ਡੱਲੇ ਵਾਲਾ, ਭਾਈ ਗੋਲ ਸਿੰਘ ਭੁੱਟੀ ਵਾਲਾ ਜੋ ਲਗਾਤਾਰ ਇੱਥੇ ਦਿਨ ਰਾਤ ਸੇਵਾ ਕਰ ਰਹੇ ਹੈ ਔਰ ਅੱਜ ਗੁਰੂ ਦੇ ਲੰਗਰਾਂ ਦੀ ਸੇਵਾ ਪੱਕਾ ਕਲਾ ਤੋਂ ਸ਼ਬੀਲ, ਭਾਈ ਬਾਬਾ ਗੁਰਦੀਪ ਸਿੰਘ ਚੰਦਪੁਰਾਣੇ ਵਾਲੇ ਉਹਨਾਂ ਵੱਲੋਂ ਸ਼ਬੀਲ, ਬਾਬਾ ਸਾਧੂ ਰਾਮ ਜੀ, ਬਾਬਾ ਲਾਲਦਾਸ ਲੰਗੇ ਵਾਲਾ, ਬਾਬਾ ਜਗਦੀਪ ਸਿੰਘ ਖਾਈ ਵਾਲੇ ਉਹਨਾਂ ਵੱਲੋਂ ਠੰਡੇ ਮਿੱਠੇ ਜਲ ਦੀ ਸ਼ਬੀਲ, ਬਰਗਾੜੀ ਦੀਆਂ ਸੰਗਤਾਂ ਦੇ ਵੱਲੋਂ ਗੁਰਮੁਖ ਪਿਆਰੇ ਗੁਰਦੁਆਰਾ ਕੌਰ ਸਾਹਿਬ ਡੇਰਾ ਬਾਬਾ ਰਾਮ ਪ੍ਰਕਾਸ਼ ਤੋਂ ਲੰਗਰਾਂ ਦੀ ਸੇਵਾ, ਪ੍ਰਸ਼ਾਦ ਦੀ ਸੇਵਾ ਗੁਰਮੁਖ ਪਿਆਰੇ ਇੱਥੇ ਪਹੁੰਚੀ। ਆਪ ਸਾਰਿਆਂ ਨੂੰ ਪਤਾ ਅੱਜ ਸੰਕ੍ਰਾਂਤ ਦਾ ਦਿਨ ਹੈ, ਹੜ੍ਹ ਦੇ ਮਹੀਨੇ ਦੀ ਸ਼ੁਰੂਆਤ ਹੋਈ ਹੈ, ਬਾਰਾਂ ਮਾਹ ਦੀ ਬਾਣੀ ਤੇ ਜਾਪ ਹੋਏ, ਅਰਦਾਸ ਹੋਈ ਸਤਿਗੁਰ ਦੇ ਚਰਨਾਂ ਚ ਮੋਰਚੇ ਦੀ ਸਫਲਤਾ ਵਾਸਤੇ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ, ਜਿਸ ਵਾਸਤੇ ਭਾਈ ਧਿਆਨ ਸਿੰਘ ਜੀ ਸਾਰਾ ਪੰਥ ਮੋਰਚਾ ਲਾਈ ਬੈਠਾ ਬਰਗਾੜੀ ਦੀ ਧਰਤੀ ਤੇ, ਸੱਚੇ ਪਾਤਸ਼ਾਹ ਮੋਰਚਾ ਸਫਲ ਹੋਵੇ, ਬੇਅਦਬੀ ਦੇ ਦੋਸ਼ੀ ਫੜੇ ਜਾਣ, ਬੇਅਦਬੀ ਦੇ ਦੋਸ਼ੀ ਫੜੇ ਜਾਣ ਔਰ ਸਾਡੇ ਸਿੰਘਾਂ ਦੀਆਂ ਤਰੁੱਲਾਂ ਜੇ ਤਬਦੀਲੀਆਂ ਤੇ ਰਿਹਾਈਆਂ ਜਿਹੜੀਆਂ ਨੇ ਉਹ ਹੋਣ, ਇਹ ਅਰਦਾਸ ਬੇਨਤੀ ਸਤਿਗੁਰ ਦੇ ਚਰਨਾਂ ਚ ਕੀਤੀ। ਸੱਚੇ ਪਾਤਸ਼ਾਹ ਕਿਰਪਾ ਕਰੋ, ਪੰਜਾਬ ਸਰਕਾਰ ਨੂੰ, ਕੇਂਦਰ ਸਰਕਾਰ ਨੂੰ ਸਮਰੱਥ ਬਖਸ਼ੋ, ਬਲ ਬਖਸ਼ੋ ਕਿ ਉਹ ਸੱਚੇ ਪਾਤਸ਼ਾਹ ਮਹਾਰਾਜ ਬੇਅਦਬੀ ਦਾ ਇਨਸਾਫ਼ ਕਰ ਸਕਣ, ਕਿਉਂਕਿ ਸਰਕਾਰਾਂ ਡਰ ਜਾਂਦੀਆਂ ਨੇ ਜਦੋਂ ਬੇਅਦਬੀ ਦੇ ਇਨਸਾਫ਼ ਦੀ ਗੱਲ ਆਉਂਦੀ ਹੈ। ਪਹਿਲਾਂ ਵਾਲੀ ਸਰਕਾਰ ਵੀ ਡਰਦੀ ਨੇ, ਉਹਨਾਂ ਵੀ ਇਨਸਾਫ਼ ਨਹੀਂ ਕੀਤਾ, ਹੁਣ ਵਾਲੀ ਸਰਕਾਰ ਨੇ ਵੀ ਡੇਢ ਸਾਲ ਦਾ ਵੀ ਸਮਾਂ ਬਤੀਤ ਹੋ ਜਾ ਰਿਹਾ, ਅਜੇ ਤੱਕ ਇਨਸਾਫ਼ ਨਹੀਂ ਹੋਇਆ। ਗੁਰਮੁਖ ਪਿਆਰੇ ਜਿਹੜਾ ਮੋਰਚਾ ਦਿਨੋਂ ਦਿਨ ਚੜ੍ਹਦੀ ਕਲਾ ਦੇ ਨਾਲ ਜਾ ਰਿਹਾ, ਸੰਗਤਾਂ ਸ਼ਮੂਲੀਅਤ ਕਰ ਰਹੀਆਂ ਨੇ, ਪੰਜਾਬ ਸਰਕਾਰ ਨੂੰ, ਕੇਂਦਰ ਸਰਕਾਰ ਨੂੰ ਇੱਕ ਦਿਨ ਇਨਸਾਫ਼ ਕਰਨਾ ਪਵੇਗਾ। ਸਿੱਖ ਪੰਥ ਸਿਰ ਜੋੜ ਕੇ ਬੈਠੇ ਆ ਸਾਰੇ ਉਦਾਸੀ ਨਿਰਮਲੇ ਟਕਸਾਲਾਂ ਦੇ ਮਹਾਤਮ ਔਰ ਪੰਥ ਜਥੇਬੰਦੀਆਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਯੂਨਾਈਟਿਡ ਅਕਾਲੀ ਦਲ, ਅਕਾਲੀ ਦਲ 1920, ਸੁਤੰਤਰ ਅਕਾਲੀ ਦਲ ਖਾਲਸਾ, ਸਤਕਾਰ ਕਮੇਟੀਆਂ, ਪੰਥ ਸੇਵਾ ਲਹਿਰ ਦਾਦੂ ਸਾਹਿਬ, ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਸੇਵਾਵਾਂ ਨਿਭਾ ਰਹੀਆਂ, ਭਾਈ ਬਲਵਿੰਦਰ ਸਿੰਘ ਪਹਿਣਾ, ਭਾਈ ਜਸਵਿੰਦਰ ਸਿੰਘ ਡੱਲੇ ਵਾਲਾ, ਹੋਰ ਬਹੁਤ ਸਾਰੇ ਗੁਰਮੁਖ ਪਿਆਰੇ ਦੇ ਮੈਂ ਨਾਮ ਲਵਾਂ ਤੇ ਬਹੁਤ ਲੰਬੀ ਲਿਸਟ ਜਾਵੇਗੀ, ਪਰ ਮੈਂ ਸਾਰੇ ਆਏ ਮਹਾਂਪੁਰਸ਼ਾਂ ਦਾ, ਪੰਥ ਜਥੇਬੰਦੀਆਂ ਦੇ ਆਗੂ ਸਾਹਿਬਾਨਾਂ ਦਾ, ਸਿੱਖ ਸੰਗਤਾਂ ਦਾ ਸਮੁੱਚੇ ਰੂਪ ਦੇ ਵਿੱਚ ਧੰਨਵਾਦ ਕਰਦਾ, ਮੀਡੀਆ ਵਾਲੇ ਵੀਰਾਂ ਦਾ ਧੰਨਵਾਦ ਕਰਦਾ ਤੇ ਸਾਰਿਆਂ ਨੂੰ ਅਪੀਲ ਕਰਦਾ ਕਿ ਭਾਈ
ਜਿਹੜੀ ਕਲਾ ਦੇ ਨਾਲ ਇਸੇ ਤਰ੍ਹਾਂ ਇਸ ਇਨਸਾਫ ਮੋਰਚੇ ਦੇ ਵਿੱਚ ਆਪਣੀ ਸ਼ਮੂਲੀਅਤ ਕਰੋ। ਤੁਹਾਡੇ ਸਾਰਿਆਂ ਦੀ ਸ਼ਮੂਲੀਅਤ ਦੇ ਨਾਲ ਇਸ ਮੋਰਚੇ ਨੂੰ ਬਲ ਮਿਲ ਰਿਹਾ, ਗੁਰੂ ਸਾਹਿਬ ਦੀ ਕਿਰਪਾ ਉਹ ਵਰਤ ਰਹੀ ਹੈ, ਕਿਉਂਕਿ ਸਮੁੱਚੇ ਪੰਥ ਦਾ ਮੋਰਚਾ, ਸਮੁੱਚੀ ਕੌਮ ਦਾ ਮੋਰਚਾ, ਗੈਰ ਸਿੱਖ ਵੀਰ ਵੀ ਮੁਸਲਮਾਨ ਹਿੰਦੂ ਭਰਾ ਇਸ ਮੋਰਚੇ ਦਾ ਸਮਰਥਨ ਕਰ ਰਹੇ ਹੈ। ਸਰਕਾਰਾਂ ਨੂੰ ਇਨਸਾਫ ਕਰਨਾ ਪਵੇਗਾ। ਉਹ ਮੈਂ ਬਹੁਤਾ ਸਮਾਂ ਨਹੀਂ ਲੈਣਾ। ਬੇਅੰਤ ਗੁਰਮੁਖ ਪਿਆਰੇ ਰਾਗੀ ਢਾਡੀ ਪ੍ਰਚਾਰਕ ਕਥਾ ਵਾਚਕ ਸੰਤ ਮਹਾਂਪੁਰਸ਼ ਸਾਹਿਬ ਜੀ ਨੂੰ ਗੁਰਬਾਣੀ ਗੁਰਮਤਿ ਦੇ ਬਚਨ ਸੁਣਾ ਰਹੇ ਹੈ, ਔਰ ਜਿਨ੍ਹਾਂ ਨੇ ਬਾਅਦ ਵੀ ਲਗਾਤਾਰ ਜੋ ਦੀਵਾਨ ਚੱਜ ਚੱਲਦੇ ਹੈ, ਸਵੇਰ ਤੋਂ ਸ਼ਾਮ ਤੱਕ ਮਹਾਂਪੁਰਸ਼ ਪ੍ਰਚਾਰਕ ਹਾਜ਼ਰੀਆਂ ਭਰਦੇ, ਜਿਨ੍ਹਾਂ ਦੇ ਵਿਚਾਰ ਸੁਣਦੇ ਆ, ਜਿਹੜੇ ਅਣਥੱਕ ਸੇਵਾ ਗੁਰੂ ਦੇ ਲੰਗਰਾਂ ਚ ਸੇਵਾਦਾਰ ਨਿਭਾ ਰਹੇ ਆ, ਸੰਗਤਾਂ ਨੂੰ ਲੰਗਰ ਬਣਾਉਣ ਵਰਤਾਉਣ ਦੀ ਸੇਵਾ, ਬਰਤਨਾਂ ਦੀ ਸੇਵਾ, ਮੈਂ ਸਾਰੇ ਮਾਂਜਾਂ ਭਾਈਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਸਿੱਖ ਜਥੇਬੰਦੀਆਂ ਜੋ ਇਸ ਮੋਰਚੇ ਨੂੰ ਸਮਰਪਿਤ ਹੋ ਕੇ ਆਪਣਾ ਸਮਰਥਨ ਦੇ ਰਹੀਆਂ ਨੇ, ਤਨ ਮਨ ਧੰਨ ਸੰਗਤਾਂ ਗੁਰੂ ਦੇ ਲੰਗਰਾਂ ਚ ਸੇਵਾ ਕਰ ਰਹੀਆਂ, ਇਸ ਮੋਰਚੇ ਦੀ ਸੇਵਾ ਕਰ ਰਹੀਆਂ ਨਾ ਸਾਰਿਆਂ ਦਾ ਮੈਂ ਸਮੁੱਚੇ ਰੂਪ ਦੇ ਵਿੱਚ ਧੰਨਵਾਦ ਕਰਦਾ। ਆਓ ਬੇਦਾਰ ਆਪਣੇ ਪੰਥ ਦੇ ਨਾਰੇ ਤੇ ਇਸ ਮੋਰਚੇ ਦੇ ਜਿਹੜੇ ਨਾਰੇ ਆ ਗੁਰਮੁਖ ਪਿਆਰੇ, ਆਪਾਂ ਬੁਲੰਦ ਕਰਨੇ ਚੜ੍ਹਦੀ ਕਲਾ ਦੇ ਨਾਲ, ਪੂਰੇ ਦੇਸ਼ ਦੇ ਵਿੱਚ ਕੋਈ ਵੀ ਰਚਨਾਬਾਜ਼ੀ ਨਾ ਰਹੇ, ਕੋਈ ਵੀ ਵੀਰ ਸਮੂਲੀਅਤ ਰਾਂਝਾ ਨਾ ਰਹੇ, ਮਾਈ ਭਾਈ ਬੱਚੇ ਬਜ਼ੁਰਗ ਜਿਹੜੇ ਵੱਡੀ ਗਿਣਤੀ ਦੇ ਵਿੱਚ ਹਾਜ਼ਰੀਆਂ ਭਰ ਰਹੇ ਆ, ਇੱਥੇ ਇਸ ਮੋਰਚੇ ਦੇ ਵਿੱਚ ਸਾਰਿਆਂ ਦਾ ਧੰਨਵਾਦ ਹੈ। ਆਓ ਸਾਰੇ ਚੜ੍ਹਦੀ ਕਲਾ ਦੇ ਨਾਲ ਗੁਰਮੁਖ ਪਿਆਰਿਓ, ਇਹਨਾਂ ਜੈਕਾਰਿਆਂ ਦੇ ਵਿੱਚ, ਆਪਣੀਆਂ ਮੰਗਾਂ ਵਿੱਚ, ਆਪਣੇ ਪੰਥਕ ਨਾਰਿਆਂ ਦੇ ਵਿੱਚ ਸ਼ਾਮਲ ਹੋਵੋ। ਇਹ ਵੀ ਰਚਨਾਬਾਜ਼ੀ ਨਾ ਰਹੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿੰਨੇ ਆਏ ਹੋ। ਆਓ ਸਾਰੇ ਸ਼ਾਮਲ ਹੋਵੋ। ਵਿਆਜਵੀ ਦੇ ਦੇਸ਼ੀਆਂ ਨੇ ਗੁਰੂ ਸਤਿਕਾਰ ਕਰੋ, ਪੂਰੇ ਦੇਸ਼ ਦੇ ਨਾਲ ਪਿੱਛੇ ਤੱਕ ਆਵਾਜ਼ ਆ ਕੇ, ਜਿੰਨੇ ਤੁਸੀਂ ਕੰਮ ਕਾਰ ਛੱਡ ਕੇ ਇਸ ਮੋਰਚੇ ਵਿੱਚ ਸ਼ਾਮਲ ਹੋਏ, ਚੜ੍ਹਦੀ ਕਲਾ ਦੇ ਨਾਲ ਸਾਰੀਆਂ ਸੰਗਤਾਂ ਦੇ ਗੁਰਮੁਖ ਪਿਆਰੇ, ਪੂਰੀ ਸ਼ਮੂਲੀਅਤ ਰਸਨਾਬਾਜ਼ੀ ਨਾ ਰਹੇ, ਗੱਜ ਕੇ ਸਤਿਗੁਰਾਂ ਦੇ ਸ਼ਹੀਦਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਤੇ ਆਪਣੀਆਂ ਮੰਗਾਂ ਸਰਕਾਰ ਨੂੰ ਮਨਾਉਣ ਵਾਸਤੇ ਬੁਲੰਦ ਕਰਨੀ ਆਵਾਜ਼ ਸ਼ਹੀਦ ਕਰਨ ਵਾਲੇ ਸ਼ਹੀਦ ਕਰਨ ਵਾਲੇ ਦੇਸ਼ੀਆਂ ਨੂੰ ਗ੍ਰਿਫਤਾਰ ਕੁਮਾਰ ਰਾਜ ਕੇ ਯਾਰ ਤੇ ਦੁਰਾਨ ਰਹੀਏ, ਕੁਮਾਰ ਰਾਜ ਕੇ
ਸ੍ਰੀ ਅਕਾਲ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਵਿਰਦੇ, ਉਹਨਾਂ ਦੇ ਨਾਲ ਭਾਈ ਜਗਤਾਰ ਸਿੰਘ ਜੀ ਵਿਰਦੇ, ਸ਼੍ਰੋਮਣੀ ਕਮੇਟੀ ਮੈਂਬਰ ਹੈ ਔਰ ਬਾਬੇ ਲੰਘੇ ਆਉਣ ਵਾਲੇ ਉਹਨਾਂ ਦੇ ਨਾਲ ਸਾਹਿਬਾਨ ਵਾਲੇ ਵੀਰਾਂ ਦਾ ਔਰ ਗੁਰੂ ਦੇ ਲੰਗਰ ਦੀਆਂ ਸਲਾਮਾਂ ਕਰ ਰਹੇ ਠੰਡੇ ਮਿੱਠੇ ਜਾਤੀਆਂ ਸਬੀਲਾਂ ਦੀ ਸੇਵਾ ਕਰ ਰਹੇ ਗੁਰਮੁਖਾਂ ਦਾ ਧੰਨਵਾਦ। ਗੁਰਮੁਖ ਪਿਆਰੇ ਗ੍ਰੰਥੀ ਸਿੰਘ ਪਿੰਡ ਭਲੂਰ ਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋਂ ਸਾਡੇ ਵਿਚਕਾਰ ਬਾਬਾ ਚਮਕੌਰ ਸਿੰਘ ਜੀ ਭਾਈ ਰੂਪਾ, ਅਤੇ ਮੈਂ ਪਹਿਲਾਂ ਹੀ ਪਰਸੋਂ ਵੀ ਦੱਸਿਆ ਸੀ ਵੀ ਇਸ ਮੋਰਚੇ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੇ ਹੈ ਭਾਈ ਸੁਖਜੀਤ ਸਿੰਘ ਜੀ ਖੁਲਸਾ। ਅੱਜ ਲਗਾਤਾਰ ਪੰਜਵਾਂ ਜੱਥਾ ਜੋ ਸਾਡੇ ਵਿਚਕਾਰ ਲੈ ਕੇ ਪਹੁੰਚੀ ਹੈ, ਉਹ ਇੱਥੋਂ ਚਲੇ ਜ਼ਰੂਰ ਜਾਂਦੇ ਆ, ਸ਼ਾਮ ਨੂੰ ਉਹਨਾਂ ਨੇ ਵਾਪਸੀ ਕਰ ਦੇਣੀ ਆ, ਪਰ ਕੱਲ ਜੱਥਾ ਦੁਬਾਰਾ ਫਿਰ ਸੈਂਕੜੇ ਦੀ ਗਿਣਤੀ ਦੇ ਵਿੱਚ ਨੌਜਵਾਨਾਂ ਨੂੰ ਲਾਂਭਬੰਦ ਕਰਕੇ ਸੁਚੇਤ ਕਰਕੇ ਇਸ ਮੋਰਚੇ ਦੇ ਵਿੱਚ ਲਿਆ ਰਹੇ ਹੈ। ਧੰਨਵਾਦ ਹੈ ਜੀ, ਉਹਨਾਂ ਦੇ ਨਾਲ ਸਿੱਖ ਫਾਊਂਡੇਸ਼ਨ ਬਾਘਾ ਪੁਰਾਣਾ ਤੋਂ ਨੌਜਵਾਨ ਵੀਰ ਪਹੁੰਚੀ ਹੈ, ਧੰਨਵਾਦ ਹੈ। ਸਮਾਲਸਰ ਨਗਰ ਤੋਂ ਸੰਗਤਾਂ ਪਹੁੰਚੀਆਂ ਹੈ, ਰੁਪਿੰਦਰ ਤੇ ਸੁਰਿੰਦਰ ਪੰਜੀ ਰਾਈ ਵਾਲੇ ਦੋਨੋਂ ਭਰਾ ਉਹ ਵੀ ਪਹੁੰਚੀ ਹੈ ਜੀ, ਆਇਆਂ ਨੂੰ ਜੀ ਧੰਨਵਾਦ। ਜਿਹੜੇ ਵੀਰ ਇਹਦੇ ਰਸਤੇ ਦੇ ਵਿੱਚ ਖੜੇ ਹੈ ਉਹਨਾਂ ਨੂੰ ਬੇਨਤੀ ਹੈ ਕਿ ਉਹ ਸਾਈਡ ਤੇ ਹੋਣ। ਸੋ ਹੁਣ ਮੈਂ ਬੇਨਤੀ ਕਰੂੰਗਾ ਜਿਨ੍ਹਾਂ ਨੇ ਬੜਾ ਲੰਮਾ ਸਮਾਂ ਸੰਘਰਸ਼ ਲੜਿਆ ਉਸ ਦੁਸ਼ਟ ਦੇ ਨਾਲ, ਸਰਸੇ ਵਾਲੇ ਪਖੰਡੀ ਸਾਹਿਬ ਦੇ ਨਾਲ, ਮੇਰੀ ਕਹਿਣ ਤੋਂ ਮਹਾਰਾਜ ਭਾਈ ਗੁਰਦਾਸ ਸਿੰਘ ਜੀ ਤੂਰ, ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਪੰਜ ਮਿੰਟ ਦੇ ਲਈ ਉਹ ਸਟੇਜ ਤੇ ਆਉਣ ਅਤੇ ਆਪਣੇ ਵਿਚਾਰ ਆਪ ਸਿੱਖਾਂ ਦੇ ਨਾਲ ਸਾਂਝੇ ਕਰਨ। ਭਾਈ ਗੁਰਦਾਸ ਸਿੰਘ ਜੀ ਤੂਰ, ਸਾਡੇ ਵਿਚਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ ਪਹੁੰਚੇ ਆ, ਧੰਨਵਾਦ ਹੈ। ਭਾਈ ਜਗਤਾਰ ਸਿੰਘ ਜੀ ਰੋਡੇ ਮੈਂਬਰ ਸ਼੍ਰੋਮਣੀ ਕਮੇਟੀ ਸਾਡੇ ਵਿਚਾਰ ਪਹੁੰਚੇ ਆ, ਧੰਨਵਾਦ ਹੈ ਜੀ। ਜੀ ਉਹ ਆਇਆਂ ਨੂੰ ਤੋਂ ਮੈਂ ਬੇਨਤੀ ਕਰੂੰਗਾ ਭਾਈ ਗੁਰਦਾਸ ਸਿੰਘ ਜੀ ਤੂਰ ਕਿ ਉਹ ਸਟੇਜ ਤੇ ਆਉਣ, ਅਸੀਂ ਆਪਣੇ ਵਿਚਾਰ ਉਸ ਖੰਡੀ ਸਾਹਿਬ ਦੇ ਨਾਲ ਕਿਸ ਤਰ੍ਹਾਂ ਇਹਨਾਂ ਨੇ ਮੱਥਾ ਲਾਇਆ, ਕਿਸ ਤਰ੍ਹਾਂ ਇਹਨਾਂ ਨੇ ਉਹਨਾਂ ਦੇ ਨਾਲ ਕੇਸ ਲੜੇ, ਉਹ ਵਿਚਾਰ ਆਪ ਸਿੱਖਾਂ ਦੇ ਨਾਲ ਸਾਂਝੇ ਕਰਨਗੇ ਭਾਈ ਗੁਰਦਾਸ ਸਿੰਘ ਜੀ ਤੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੇ ਪੁਰਾਣੀ ਗੱਲ ਕੋਈ ਦੱਸਣਾ ਚਾਹੁੰਦਾ, ਸ਼ਾਇਦ
ਕੁਛ ਇੱਥੇ ਸੁਣਦੇ ਹੋਣ, ਕੋਈ ਪ੍ਰੇਮੀ ਜਾਂ ਕੋਈ ਵੀ ਉਹ ਸੇਧ ਲੈ ਸਕਣ ਕਿ ਉੱਥੇ ਵਾਪਰਿਆ ਕੀ, ਦੇਖਿਆ ਕੀ, ਜਿਸ ਕਰਕੇ ਮੈਂ ਵਾਪਸ ਆਪਣੇ ਧਰਮ ਚ ਆਇਆ। ਮੈਂ ਉਂਗਲੀ ਫੜ ਕੇ ਆਪਣੇ ਮਾਪਿਆਂ ਨਾਲ ਜਾਂਦਾ ਸੀ ਜਦੋਂ ਬਹੁਤ ਛੋਟਾ ਸੀ, ਉੱਥੇ ਜਾ ਕੇ ਦੇਖਣਾ ਜਿੱਦਾਂ ਬਾਕੀਆਂ ਨੇ ਸਾਰਿਆਂ ਨੇ ਕਰਨਾ ਉੱਦਾਂ ਮੈਂ ਹੀ ਕਰਨਾ। ਸੋ ਜਿਹੜੇ ਰੂਟੀਨ ਇੱਕ ਬਣ ਜਾਂਦਾ ਆ ਮਾਪਿਆਂ ਨਾਲ, ਸੋ ਮੇਰਾ ਵੀ ਉਹ ਰੂਟੀਨ ਬਣ ਗਿਆ। ਬਾਹਰੀ ਦਿਖਾਵਾ ਦੇਖ ਕੇ ਮੈਂ ਉਸ ਦੇਰੇ ਦੇ ਨਾਲ ਜੁੜਿਆ। ਜੁੜਨ ਤੋਂ ਬਾਅਦ ਜਿੱਦਾਂ ਜਿੱਦਾਂ ਥੋੜੇ ਵੱਡੇ ਹੋਇਆ, 18-19 ਸਾਲ ਦਾ ਲਗਭਗ ਮੈਂ ਸੀਗਾ ਜਦੋਂ ਡੇਰੇ ਵਿੱਚ ਮੈਂ ਗੁਰਮੀਤ ਰਾਮ ਜੀ ਸਾਡੇ ਘਰੇ ਆ ਕੇ ਕਹਿਣ ਲੱਗਾ ਕਿ ਇਹਦਾ ਨਾਮ ਗੁਰਦਾਸ ਆ, ਇਹਨੂੰ ਗੁਰੂ ਨੂੰ ਦੇ ਦਿਓ। ਸੋ ਇਹ ਇੱਕ ਜਜ਼ਬਾ ਜਿਹਾ ਹੁੰਦਾ ਸੀ ਕਿ ਆਪਾਂ ਵੀ ਸੇਵਾ ਕਰਨ ਜਾਵਾਂਗੇ, ਆਪਾਂ ਚੰਗੇ ਰਾਸਤੇ ਲੱਗਾਂਗੇ। ਸੋ ਇਹ ਲੱਗਦਿਆਂ ਕਰਦਿਆਂ ਮੈਂ ਹੀ ਕਹਿਣ ਲੱਗਾ ਹਾਂ ਮੈਂ ਡੇਰੇ ਚ ਸਾਧੂ ਬਣ ਕੇ ਸੇਵਾ ਕਰੂੰਗਾ। ਸੋ ਜਦੋਂ ਡੇਰੇ ਵਿੱਚ ਰਹਿਣ ਲੱਗਾ ਉੱਥੇ ਇੱਕ ਸਿਸਟਮ ਜਿਵੇਂ ਜਿਵੇਂ ਉੱਥੇ ਰਿਹਾ।
ਗੱਲ ਨੂੰ ਸਾਹਮਣੇ ਲਿਆਉਣ ਵਾਸਤੇ ਮੈਂ ਬਥੇਰੇ ਪਾਸੇ ਗਿਆ, ਹੌਲੀ ਹੌਲੀ ਕਰਕੇ ਜਾ ਕੇ ਕਿਸੇ ਨਾ ਕਿਸੇ ਤਰੀਕੇ ਸਾਧੂਆਂ ਨੂੰ ਸਾਹਮਣੇ ਲੈ ਕੇ ਆਏ ਔਰ ਉਹ ਸਾਧੂਆਂ ਨੇ ਆਪਣਾ ਦੁੱਖ ਦਰਦ ਟੀਵੀ ਤੇ ਆ ਕੇ ਸਾਹਮਣੇ ਦੱਸਿਆ। ਉਹਨਾਂ ਨੇ ਦੱਸਿਆ ਕਿ ਕਿੱਦਾਂ ਇਹ ਗੁਰਮੀਤ ਰਾਮਰੀ ਜੋ ਬਲਾਤਕਾਰੀ ਗੁਰਮੀਤ ਰਾਮਰੀਮ ਆ ਇਹਦਾ ਪੁੱਜੜ ਖਾਨਾ ਕਿੱਦਾਂ ਆਦਮੀਆਂ ਨੂੰ ਇੱਕ ਏਦਾਂ ਦਾ ਬਣਾ ਦਿੰਦਾ ਕਿ ਉਹ ਕਦੀ ਕੁਛ ਨਹੀਂ ਕਰ ਸਕਦੇ, ਕਦੀ ਤੁਸੀਂ ਸੋਚ ਸਕਦੇ ਹੋ ਕਿ ਜਾਨਵਰਾਂ ਨੂੰ ਉਹਨਾਂ ਦੇ ਗੋਟਾਂ ਕੱਟ ਕੇ ਖੱਸੀ ਕਰ ਦਿੱਤਾ ਜਾਂਦਾ ਤਾਂ ਕਿ ਉਹ ਕਿਸੇ ਹੋਰ ਪਾਸੇ ਨਾ ਜਾਣ। ਏਦਾਂ ਹੀ ਤਕਰੀਬਨ ਅਸੀਂ 200 ਬੰਦਿਆਂ ਦੀ ਲਿਸਟ ਤਿਆਰ ਕੀਤੀ, ਉਹਨਾਂ ਦਾ ਨਾਮ, ਉਹਨਾਂ ਦੇ ਬਾਪ ਦਾ, ਦਾਦੇ ਦਾ, ਪਿੰਡ ਦਾ, ਹਰ ਇੱਕ ਨਾਮ ਦੇ ਕੇ ਜਦੋਂ ਇਹ ਚੀਜ਼ ਤਿਆਰ ਕਰਕੇ ਅਸੀਂ ਕੋਰਟਾਂ ਚ ਲਜਾਉਣ ਵਾਸਤੇ ਤਿਆਰੀ ਕਰ ਰਹੇ ਸੀ, ਇੰਨੇ ਚਿਰ ਨੂੰ ਜਿਹੜਾ ਮੇਰਾ ਦੋਸਤ ਸੀ ਉਹਨੂੰ ਇਹਨਾਂ ਨੇ ਗਾਇਬ ਕਰ ਦਿੱਤਾ। ਉਹਦਾ ਨਾਮ ਸੀ ਜਤਿੰਦਰ ਹੋਰਾ। ਸੋ ਉਹਦਾ ਕੇਸ ਮੇਰੇ ਤੇ ਹੀ ਪਾਤਾ। ਉਸ ਕੇਸ ਨੂੰ ਲੈ ਕੇ ਜਦੋਂ ਕੋਰਟ ਚ ਪਹੁੰਚਿਆ ਜਾ ਕੇ ਕਿਹਾ ਕਿ CBI ਜਾਂਚ ਹੋਣੀ ਚਾਹੀਦੀ ਆ, ਲੇਕਿਨ CBI ਜਾਂਚ ਤਾਂ ਇੱਕ ਪਾਸੇ ਰਹੀ। ਗੁਰਮੀਤ ਰਾਮਰੀਮ ਦਾ ਭੇਜਿਆ ਹੋਇਆ ਵਕੀਲ ਜਿਹੜਾ ਕਿ ਉਸ ਪਿਓ ਦਾ, ਉਸ ਮੁੰਡੇ ਦੇ ਪਿਓ ਦਾ ਵਕੀਲ ਬਣ ਕੇ ਆਇਆ ਸੀ, ਕਹਿੰਦਾ ਸਾਨੂੰ CBI ਜਾਂਚ ਨਹੀਂ ਚਾਹੀਦੀ। ਸੋ ਇੱਥੋਂ ਬਿਲਕੁਲ ਕਲੀਅਰ ਆ ਕਿ ਮੁੰਡਾ ਗਿਆ ਕਿਤੇ, ਲੇਕਿਨ ਫਿਰ ਵੀ ਉਹ ਕੇਸ ਜਿਉਂ ਦਾ ਤਿਉਂ ਖੜਾ ਸੀ। ਔਰ ਉਦੋਂ ਬਾਅਦ ਲਾਈਫ ਡਿਟੈਕਟਿਵ ਟੈਸਟ ਹੋਇਆ ਮੇਰਾ, ਤੇ ਉਹ ਜੱਜ ਕਹਿੰਦਾ ਵੀ ਤੂੰ ਮਨਾ ਕਰ ਸਕਦਾ ਹੈ, ਤੇਰਾ ਜੇਕਰ ਝੂਠ ਸੱਚ ਦਾ ਕੋਈ ਟੈਸਟ ਹੈਗਾ ਆ ਤੂੰ ਮਨਾ ਕਰ ਸਕਦਾ ਹੈ, ਲੇਕਿਨ ਉਹ ਟੈਸਟ ਵੀ ਦਿੱਤਾ। ਟੈਸਟ ਦੇਣ ਤੇ ਫਿਰ ਮੈਨੂੰ ਉਸ ਕੇਸ ਵਿੱਚੋਂ ਕੱਢਿਆ ਗਿਆ। ਸੋ ਹੋਰ ਜਿਹੜੇ ਸਾਧੂ ਕਈ ਬੋਲਣ ਵਾਲੇ ਸੀ ਉਹਨਾਂ ਦੀ ਬੜੀ ਆਵਾਜ਼ ਸੀਗੀ ਕਿ ਅਸੀਂ ਸਾਹਮਣੇ ਆ ਕੇ ਬੋਲੀਏ, ਕਿਤੇ ਨਾ ਕਿਤੇ ਕੁਛ ਕਰੀਏ, ਲੇਕਿਨ ਗੁਰਮੀਤ ਰਾਮ ਨੇ ਉਹ ਚੀਜ਼ ਕਰਨ ਨਹੀਂ ਸੀ ਦਿੰਦਾ। ਇਹਦਾ ਜਿਹੜਾ ਸਿਸਟਮ ਸੀਗਾ, ਇਹਦਾ ਸਰਕਾਰਾਂ ਚ ਜਿਹੜਾ ਬੋਲ ਸੀਗਾ, ਇਹਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੋਈ ਵੀ ਆਵਾਜ਼ ਚੁੱਕਦੀ ਸੀ ਉਹ ਦਬਾ ਦਿੱਤੀ ਜਾਂਦੀ ਸੀ। ਸੋ ਇਹਨਾਂ ਦਿਨਾਂ ਵਿੱਚ ਏਦਾਂ ਹੀ ਗੁਰਮੀਤ ਰਾਮ ਨੇ 2007 ਵਿੱਚ ਜਦੋਂ ਗੁਰੂ ਸਾਹਿਬਾਨ ਦੀ ਵਰਦੀ ਪਾਈ, ਉਦੋਂ ਬਾਅਦ ਉਹ ਸਾਰੇ ਤੱਥ ਖਤਮ ਕੀਤੇ। ਤੱਥਾਂ ਵਿੱਚੋਂ ਇੱਕ ਕਿਤਾਬ ਸੀਗੀ ਜੀ ਜਿਹਦਾ ਨਾਮ ਸੀਗਾ ਜੀ ਜਾਮੇ ਇਨਸਾਨ ਗੁਰੂ ਕਾ। ਉਹ ਜਾਮੇ ਇਨਸਾਨ ਗੁਰੂ ਕਾ ਇੱਕ ਪੂਰੀ ਦੀ ਪੂਰੀ ਕਿਤਾਬ ਵੰਡੀ ਗਈ ਸੀ, ਔਰ ਉਸ ਪੂਰੀ ਕਿਤਾਬ ਨੂੰ ਜਿੰਨਿਆਂ ਨੂੰ ਵੰਡੀ ਸੀ ਸਾਰਿਆਂ ਤੋਂ ਵਾਪਸ ਲਈ ਗਈ, ਕਿਉਂਕਿ ਇਹ ਮਸਲਾ ਭੜਕ ਚੁੱਕਿਆ ਸੀ। ਸੋ ਉਹਦੇ ਵਿੱਚੋਂ ਇੱਕ ਕਿਤਾਬ ਲਿਆ ਕੇ ਨਵਕਿਰਨ ਸਿੰਘ ਨੂੰ ਦਿੱਤੀ, ਔਰ ਉਹ ਨਵਕਿਰਨ ਸਿੰਘ ਦੇ ਬਾਅਦ ਉਹ ਸਾਰਾ ਕੇਸ ਚੱਲਿਆ, ਜਿਹਦੇ ਕਰਕੇ ਜਿਹੜੀ ਬਾਦਲ ਸਰਕਾਰ ਦੇ ਉਹਨਾਂ ਨੇ ਚਲਾਨ ਪੇਸ਼ ਨਹੀਂ ਕੀਤਾ, ਇਸ ਕਰਕੇ ਉਹ ਵਾਪਸ ਹੋਇਆ। ਸੋ ਹੋਰ ਬਹੁਤ ਸਾਰੀਆਂ ਗੱਲਾਂ ਨੇ, ਲੇਕਿਨ ਮੈਂ ਥੋੜਾ ਜਿਹਾ ਕਰ ਦਿੰਦਾ ਕਿ ਇਹ ਜਿਹੜਾ ਪੂਰਾ ਮਸਲਾ ਸੀਗਾ ਔਰ ਇਹਦੇ ਵਿੱਚ ਜਿਹੜੀ ਕਾਮਯਾਬੀ ਸਾਨੂੰ ਨਹੀਂ ਮਿਲੀ ਜਦੋਂ ਗੁਰਮੀਤ ਰਾਮ ਸਿੰਘ ਨੇ ਵਰਦੀ ਪਾਈ ਸੀ, ਉਹਦਾ ਵਿੱਚ ਇੱਕ ਕਾਰਨ ਇਹ ਵੀ ਸੀ ਕਿ ਅਸੀਂ ਜਿਹੜੇ ਅੱਜ ਜਿੰਨੇ ਇਕੱਠੇ ਹੋਏ ਹਾਂ ਸ਼ਾਇਦ ਸਭ ਦਾ ਦਿਲ ਦੁਖਿਆ ਹੋਵੇਗਾ ਕਿ ਜਦੋਂ ਗੁਰਮੀਤ ਰਾਮ ਸਿੰਘ ਨੇ ਵਰਦੀ ਪਾਈ ਸੀ ਕੀ ਤੁਹਾਡਾ ਦਿਲ ਦੁਖਿਆ ਸੀ? ਸਾਰੇ ਹੱਥ ਖੜੇ ਕਰਕੇ ਜੀ ਤੁਹਾਡਾ ਦਿਲ ਦੁਖਿਆ ਸੀ। ਜਿੰਨੇ ਆਗੂ ਬੈਠੇ ਆ ਅੱਜ ਉਹ ਆਗੂ ਤੁਹਾਡੇ ਕਰਕੇ ਬੈਠੇ ਆ, ਲੇਕਿਨ ਸਾਡੀ ਇੱਕ ਗਲਤੀ ਕਰਕੇ ਇਹਨਾਂ ਦੇ ਹੱਥ ਮਜ਼ਬੂਤ ਨਹੀਂ ਹੁੰਦੇ। ਕਿਉਂ ਨਹੀਂ ਹੁੰਦੇ? ਕਿਉਂਕਿ ਉਸ ਟਾਈਮ ਅਸੀਂ ਕੋਈ ਐਪਲੀਕੇਸ਼ਨ ਨਹੀਂ ਲਿਖੀ। ਜੇ ਲਿਖੀ ਆ ਤੇ ਇੱਕ ਐਪਲੀਕੇਸ਼ਨ ਪੂਰੇ ਦੇ ਪੂਰੇ ਪਿੰਡ ਨੇ ਲਿਖੀ ਆ, ਲੇਕਿਨ ਇੱਕ ਬੰਦੇ ਨੇ ਜੇ ਮੇਰਾ ਸਾਈਕਲ ਚੋਰੀ ਹੁੰਦਾ ਤੇ ਮੈਂ ਇਕੱਲਾ ਐਪਲੀਕੇਸ਼ਨ ਲਿਖਣਾ, ਜੇ ਮੇਰਾ ਕੋਈ ਕਿਸੇ ਤਰੀਕੇ ਦਾ ਕੋਈ ਕੰਮ ਹੁੰਦਾ ਤੇ ਮੈਂ ਇਕੱਲਾ ਕਰਨਾ, ਲੇਕਿਨ ਜਦੋਂ ਸਾਡੇ ਗੁਰੂ ਦੇ ਉੱਤੇ ਗੱਲ ਆਉਂਦੀ ਉਦੋਂ ਅਸੀਂ ਕੋਈ ਵੀ ਅੱਗੇ ਨਹੀਂ ਆਉਂਦੇ, ਕੋਈ ਕਿਸੇ ਤਰੀਕੇ ਦੀ ਕੋਈ ਐਪਲੀਕੇਸ਼ਨ ਨਹੀਂ ਲਿਖਦੇ। ਅਸੀਂ 1 ਕਰੋੜ ਤੋਂ ਉੱਤੇ ਹਾਂ, ਜੇ ਕਿਤੇ ਹਰ 16 ਬੰਦਾ ਵੀ ਐਪਲੀਕੇਸ਼ਨ ਲਿਖੇ ਤੇ ਤਕਰੀਬਨ 1 ਲੱਖ ਐਪਲੀਕੇਸ਼ਨ ਹੁੰਦੀ ਹੈ। ਇਹਨਾਂ ਸਰਕਾਰਾਂ ਨੂੰ ਭਾਜਣਾ ਪੈ ਸਕਦੀਆਂ ਨੇ। ਅੱਜ ਵੀ ਗੁਰੂ ਗ੍ਰੰਥ ਸਾਹਿਬ ਦੀ ਕੁਛ ਦਿਨ ਪਹਿਲੇ ਵੀ ਬੇਨਤੀ ਹੋਈ ਆ, ਕੁਛ ਦਿਨ ਪਹਿਲੇ ਇੱਥੇ ਮੁਕਤਸਰ ਦੇ ਕੋਲੇ ਕਿਸੇ ਪਿੰਡ ਚ ਹੋਈ ਸੀ, ਲੇਕਿਨ ਐਪਲੀਕੇਸ਼ਨ ਦੇ ਨਾਂ ਤੇ ਪਤਾ ਨੀ ਕਿਉਂ ਅਸੀਂ ਢਿੱਲੇ ਹਾਂ, ਕੋਈ ਕਿਸੇ ਤਰੀਕੇ ਦੀ ਐਪਲੀਕੇਸ਼ਨ ਅਸੀਂ ਨਹੀਂ ਲਿਖਦੇ।
ਸੋ ਇਹ ਇੱਕ ਧਾਰਨਾ ਜਿਹਦੇ ਕਰਕੇ ਇਹ ਸ਼ਰਾਰਤੀ ਤੱਤਵ ਮਜ਼ਬੂਤ ਹੁੰਦੇ ਆ ਔਰ ਉਹਦੇ ਨਾਲ ਨਾਲ ਅੱਜ ਜੋ ਵੀ ਗੁਰਮੀਤ ਰਾਮ ਦੀ ਬਲਾਤਕਾਰ ਕਰਨ ਤੋਂ ਬਾਅਦ ਅੱਜ ਉਹ ਜੇਲ੍ਹਾਂ ਚ ਪਿਆ ਆ ਇਹਦੇ ਵਿੱਚ ਸਿਰਫ ਸੱਚਾਈ ਕਰਕੇ ਹੀ ਪਿਆ ਆ। ਲੋਕੀ ਬਹੁਤ ਸਾਰੇ ਕਹਿੰਦੇ ਕਿ ਉਹ ਬਾਹਰ ਆ ਜਾਏਗਾ, ਬਿਲਕੁਲ ਉਹ ਬਾਹਰ ਆਇਆ ਹੋਇਆ, ਮੁਕਤੀ ਜਿੱਥੇ ਸਰਦੀ ਆ ਉਹਦੇ ਵਿੱਚ ਹੀ ਬਾਹਰ ਆ ਸਕਦਾ, ਅਸਲ ਚ ਬਾਹਰ ਨਹੀਂ ਆ ਸਕਦਾ। ਜਿੱਥੇ ਕਿਤੇ ਕਹਿੰਦੇ ਕਿ ਲਾਈਟ ਵਿੱਚੋਂ ਵੇਖਿਆ ਹੋਇਆ ਇਹੋ ਜਿਹੀਆਂ ਚੀਜ਼ਾਂ ਚਾਹੇ ਬਾਹਰ ਆ ਜਾਏ, ਅਸਲ ਚ ਬਾਹਰ ਨਹੀਂ ਆਉਣਾ। ਸੋ ਕਈ ਪ੍ਰੇਮੀਆਂ ਨੂੰ ਕਈ ਜਿੱਦਾਂ ਵਹਿਮ ਨੇ ਉਹ ਹੁਣ ਤੱਕ ਸ਼ਾਇਦ ਦੂਰ ਹੋ ਗਏ ਹੋਏਗੇ ਕਿਉਂਕਿ ਤਕਰੀਬਨ 10 ਮਹੀਨੇ ਹੋ ਗਏ ਉਹਨੂੰ ਅੰਦਰ ਗਏ। ਸੋ ਇਹ ਬਲਾਤਕਾਰੀ ਸੀ, ਇਹ ਤਾਂ ਬਹੁਤ ਘੱਟ ਨੇ ਜਿਹੜੀਆਂ ਚੀਜ਼ਾਂ ਅਸੀਂ ਦੱਸੀਆਂ ਨੇ ਕਿਉਂਕਿ 5% ਹੀ ਅਸੀਂ ਦੱਸ ਸਕੇ ਟੀਵੀਆਂ ਦੇ ਉੱਤੇ, 95% ਨੇ ਸਾਡੇ ਕੋਲ ਕਈ ਛੋਟੀ ਛੋਟੀਆਂ ਬੱਚਿਆਂ ਦੀ ਇੱਜ਼ਤਾਂ ਕਰਕੇ ਨਹੀਂ ਅਸੀਂ ਦੱਸ ਸਕੇ, ਕੋਈ ਹੋਰ ਗੱਲਾਂ ਕਰਕੇ ਅਸੀਂ ਨਹੀਂ ਦੱਸ ਸਕੇ। ਸੋ ਆਪ ਸਭ ਦੇ ਅੱਗੇ ਬੇਨਤੀ ਆ ਕਿ ਇਸ ਜਿਹੜਾ ਸਾਂਝੇ ਤੌਰ ਤੇ ਰੱਖਿਆ ਹੋਇਆ ਮੋਰਚਾ ਆ ਇਹਨੂੰ ਸਾਥ ਦਿਓ, ਤਾਂ ਕਿ ਇੱਕ ਵੱਡੀ ਗੱਲ ਆਪਾਂ ਸਾਰੇ ਸਿੱਖ ਇਕੱਠੇ ਹੋਈਏ, ਤਾਂ ਕਿ ਹੋਰ ਕੋਈ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਬੇਅਦਬੀ ਨਾ ਕਰ ਸਕੇ ਔਰ ਇਹੋ ਜਿਹੇ ਦੰਭੀ ਪਖੰਡੀ ਜਿਹੜੇ ਨੇ ਉਹਨਾਂ ਕੋਲ ਸਾਡੇ ਵਰਗੇ ਕੋਈ ਚੰਗੇ ਰਾਸਤੇ ਦੀ ਮੱਤ ਨਾ ਜਾ ਸਕਣ। ਸਭ ਤੋਂ ਚੰਗਾ ਰਾਸਤਾ ਗੁਰੂ ਗ੍ਰੰਥ ਸਾਹਿਬ ਦਾ, ਉਹ ਸਾਨੂੰ ਉਹਦੇ ਲੜਨ ਹੀ ਲੱਗਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਗੁਰਦਾਸ ਸਿੰਘ ਜੀ ਤੋਰ, ਜਿਨ੍ਹਾਂ ਨੇ ਆਪਣੀ ਹੱਡ ਬੀਤੀ ਸੁਣਾਈ, ਸਾਂਝੀ ਕੀਤੀ ਸਮੂਹ ਸਿੱਖ ਸੰਗਤਾਂ ਦੇ ਨਾਲ। ਉਹਨਾਂ ਨੂੰ ਜਲਦੀ ਸੀ, ਉਹਨਾਂ ਨੇ ਜਾਣਾ ਸੀ, ਇਸੇ ਕਰਕੇ ਹੀ ਸਾਨੂੰ ਇਹ ਹੋਇਆ ਵੀ ਕਿਤੇ ਬੋਲੇ ਤੋਂ ਬਿਨਾਂ ਨਾ ਚਲੇ ਜਾਣ, ਤੋਂ 5 ਮਿੰਟ ਦਾ ਸਮਾਂ ਉਹਨਾਂ ਨੂੰ ਦਿੱਤਾ ਗਿਆ। ਸੋ ਮੈਂ ਬੇਨਤੀ ਕਰੂੰਗਾ ਕੋਈਸ਼ਰ ਸੁਖਚੈਨ ਸਿੰਘ ਮੱਲ ਕੇ ਆਪਣੇ ਸਾਥੀਆਂ ਸਮੇਤ ਸਟੇਜ ਤੇ ਪਹੁੰਚੇ ਅਤੇ ਸਾਡੇ ਵਿਚਕਾਰ ਜੋ ਜਥਾ ਲੈ ਕੇ ਪਹੁੰਚੇ ਹੈ ਭਾਈ ਸੁਖਜੀਤ ਸਿੰਘ ਜੀ ਖੋਸਾ, ਉਹਨਾਂ ਦੇ ਨਾਲ ਸੁਲਤਾਨਪੁਰ ਲੋਧੀ ਤੋਂ ਭਾਈ ਹਰਿੰਦਰ ਸਿੰਘ ਜੀ ਨਕੋਦਰ ਤੋਂ, ਭਾਈ ਦਿਲਬਾਗ ਸਿੰਘ ਜੀ ਲੋਹੀਆਂ ਤੋਂ, ਗੁਰਪ੍ਰੀਤ ਸਿੰਘ ਜੀ ਕਰਤਾਰਪੁਰ ਸਾਹਿਬ ਤੋਂ, ਕੁਲਵੰਤ ਸਿੰਘ ਜੀ ਸੈਦੋਵਾਲ ਤੋਂ, ਸੁਖਦੀਪ ਸਿੰਘ ਜੀ ਧੰਨਲ, ਭਾਈ ਬੇਅੰਤ ਸਿੰਘ ਜੀ ਲੰਡੇ ਕੇ, ਭਾਈ ਮੱਖਣ ਸਿੰਘ ਮੁਸਾਫਰ, ਜਗਤਾਰ ਸਿੰਘ, ਕੋਇਲ ਸਿੰਘ ਵਾਲਾ ਅਤੇ ਹੋਰ ਬੇਅੰਤ ਸਿੱਖ ਸੰਗਤਾਂ, ਉਹਨਾਂ ਦੇ ਨਾਲ ਸ਼ਮੂਲੀਅਤ ਕੀਤੀ ਹੈ, ਧੰਨਵਾਦ ਹੈ ਜੀ। ਤੋਂ ਮੈਂ ਬੇਨਤੀ ਕਰੂੰਗਾ ਭਾਈ ਸੁਖਚੈਨ ਸਿੰਘ ਮੱਲ ਕੇ ਉਹ ਸਟੇਜ ਤੇ ਆਉਣ ਅਤੇ ਆਪਣਾ 40 ਮਿੰਟ ਦੇ ਲਈ ਅੱਧੇ ਘੰਟੇ ਦੇ ਲਈ ਆਪ ਸਿੱਖਾਂ ਦੇ ਨਾਲ ਗੁਰ ਇਤਿਹਾਸ ਅਤੇ ਮੌਜੂਦਾ ਇਤਿਹਾਸ ਸਿੱਖ ਇਤਿਹਾਸ ਸਾਂਝਾ ਕਰਨ। ਤੋਂ ਮੈਂ ਬੇਨਤੀ ਕਰੂੰਗਾ ਕਿ ਜਿਹੜੇ ਨੌਜਵਾਨ ਵੀਰੇ ਤਾਂ ਸਟੇਜ ਵਾਲੇ ਪਾਸੇ ਖੜੇ ਆ ਉਹ ਸਾਈਡ ਤੇ ਜਾ ਕੇ ਬੈਠਣ, ਸਾਹਮਣੇ ਪੰਡਾਲ ਦੇ ਵਿੱਚ ਅਤੇ ਸਟੇਜ ਨੂੰ ਆਉਣ ਜਾਣ ਵਾਲਿਆਂ ਦਾ ਜੋ ਰਸਤਾ ਹੈ ਉਹ ਖਾਲੀ ਕਰ ਦਿੱਤਾ ਜਾਵੇ। ਸੋ ਬੇਨਤੀ ਹੈ ਭਾਈ ਸੁਖਚੈਨ ਸਿੰਘ ਜੀ ਨੂੰ ਕਿ 5 ਮਿੰਟ ਦਾ ਸਮਾਂ ਲੱਗੇਗਾ ਜੋ ਟੀਵੀ ਵਾਲੇ ਵੀਰ ਸਾਡੇ ਵਿਚਕਾਰ ਪਹੁੰਚੇ ਆ ਆਵਾਜ਼ੇ ਕੌਮ ਤੋਂ, ਭਾਈ ਕਪਲਪ੍ਰੀਤ ਸਿੰਘ ਜੀ ਆਪਣੇ ਜੱਥੇ ਸਮੇਤ, ਤੋਂ ਉਹਨਾਂ ਨੇ ਕੁਝ ਵਿਚਾਰਾਂ ਸਾਂਝੀਆਂ ਕਰ ਰਹੀਆਂ ਜੋ ਲਾਈਵ ਟੀਵੀ ਦੇ ਉੱਪਰ ਦਿਖਾਈਆਂ ਜਾ ਰਹੀਆਂ। 5 ਮਿੰਟ ਦੇ ਲਈ ਆਪਣਾ ਸਮਾਂ ਅਗਲਾ ਸਮਾਂ ਤੁਹਾਡਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅੱਗੇ ਆ ਜਾਓ। ਆਵਾਜ਼ੇ ਕੌਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨਾਲ ਫਤਿਹ ਦੀ ਸਾਂਝ ਪਾਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 15 ਜੂਨ ਆ, 15 ਜੂਨ 2018। 1 ਜੂਨ 2018 ਨੂੰ ਬਰਗਾੜੀ ਦੀ ਧਰਤੀ ਦੇ ਉੱਤੇ ਇੱਕ ਮੋਰਚਾ ਲੱਗਾ। ਸ਼ਾਮਾਂ ਨੂੰ ਇੱਕ ਖਬਰ ਆਉਂਦੀ ਆ ਕਿ ਜਥੇਦਾਰ ਭਾਈ ਧਿਆਨ ਸਿੰਘ ਮੰਡ ਉਸੇ ਥਾਂ ਤੇ ਹੀ ਡਟ ਗਏ ਹਨ ਜਿਹੜੀ ਥਾਂ ਦੇ ਉੱਤੇ ਪੰਥਕ ਇਕੱਠ ਹੋਇਆ। ਸੋ ਇਸ ਥਾਂ ਦੇ ਉੱਤੇ ਅੱਜ 15ਵਾਂ ਦਿਨ ਆ ਮੋਰਚਾ, ਜਿਹੜੇ ਇਸ ਮੋਰਚੇ ਦੇ ਬਾਬਤ ਪਹਿਲੀ ਵਾਰ ਸੁਣ ਰਹੇ ਆ ਕਿ ਬਰਗਾੜੀ ਮੋਰਚਾ ਕਿਉਂ ਲੱਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਆ 2 ਸਾਲ ਪਹਿਲਾਂ, 3 ਸਾਲ ਪਹਿਲਾਂ, ਇਸ ਦੌਰ ਦੇ ਵਿਚਾਲੇ ਵੀ ਬੇਅਦਬੀਆਂ ਹੋਈਆਂ। ਉਹਨਾਂ ਬੇਅਦਬੀਆਂ ਦਾ ਕੋਈ ਸਿੱਖਾਂ ਨੂੰ ਇਨਸਾਫ ਨਹੀਂ ਮਿਲ ਸਕਿਆ। ਭਾਰਤ ਵਿੱਚ ਇਨਸਾਫ ਦੀ ਆਸ ਰੱਖਣੀ ਸਿੱਖਾਂ ਲਈ ਬਹੁਤ ਔਖੀ ਗੱਲ ਆ, ਪਰ ਜਿਹੜੇ ਸੰਘਰਸ਼ ਕਰਦੇ ਹੁੰਦੇ ਆ ਉਹ ਉਸ ਦੋਹਰੀ ਨੀਤੀ ਨੂੰ, ਜਿਹੜੀ ਇਸ ਸਾਹੇ ਕਿਸੇ ਸਰਕਾਰ ਦੀ ਹੋਵੇ, ਮੌਜੂਦਾ ਦੀ, ਇਸ ਤੋਂ ਪਿਛਲੀ ਸਰਕਾਰ ਦੀ ਹੋਵੇ ਜਾਂ ਕੇਂਦਰ ਸਰਕਾਰ ਦੀ, ਜਿਹੜੀ ਨੀਤੀ ਹੁੰਦੀ ਆ ਕਿ ਸਿੱਖਾਂ ਨੂੰ ਇਨਸਾਫ ਨਹੀਂ ਦੇਣਾ, ਤੁਹਾਨੂੰ ਰੋਲਣਾ ਵਾ, ਉਸ ਨੂੰ ਨੰਗਾ ਇਹ ਸੰਘਰਸ਼ਸ਼ੀਲ ਸਿੰਘ ਜਿਹੜੇ ਆ ਕਰਦੇ ਰਹਿੰਦੇ ਆ। ਇਸ ਦੇ ਨਾਲ ਜਿਹੜਾ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡਾ ਸੰਘਰਸ਼ ਪੈਦਾ ਹੋਣ ਦੀ ਸੰਭਾਵਨਾ ਹੁੰਦੀ ਆ, ਕੌਮ ਦੇ ਵਿੱਚ ਜਿਹੜੀਆਂ ਲਹਿਰਾਂ ਉੱਠਦੀਆਂ ਉਸ ਨੂੰ ਇਹਨਾਂ ਪੜਾਵਾਂ ਦੇ ਵਿੱਚ ਬਲ ਮਿਲਦਾ, ਕੌਮ ਜਿਉਂਦੀ ਜਾਗਦੀ ਰਹਿੰਦੀ ਆ। ਸੋ ਮੈਂ ਬਹੁਤੇ ਵਿਸਥਾਰ ਚ ਨਹੀਂ ਜਾਣਾ, ਮੈਂ ਭੂਮਿਕਾ ਦੇ ਤੌਰ ਤੇ ਕਹਿ ਦਿਆਂ, ਇਹ ਬਰਗਾੜੀ ਦਾ ਜਿਹੜਾ ਮੋਰਚਾ ਚੱਲ ਰਿਹਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਬੇਅਦਬੀ ਹੋਈ ਬੁਰਜ ਜਵਾਹਰ ਸਿੰਘ ਵਾਲਾ ਤੋਂ 1 ਜੂਨ 2015 ਨੂੰ ਜਿਹੜਾ ਮਹਾਰਾਜ ਦਾ ਸਰੂਪ ਜਿਹੜਾ ਚੋਰੀ ਕੀਤਾ ਗਿਆ, ਉਹ ਕਿਸ ਨੇ ਚੋਰੀ ਕੀਤਾ ਇਹ ਸਪਸ਼ਟ ਹੋਣਾ ਬਾਕੀ ਆ। ਡੇਰਾ ਸਿਰਸਾ ਦੇ ਨਾਲ ਜੁੜੇ ਹੋਏ ਕੁਝ ਲੋਕਾਂ ਦੀ ਗ੍ਰਿਫਤਾਰੀ ਹੋਈ ਆ, ਉਹ ਗ੍ਰਿਫਤਾਰੀ ਕਿਸ ਪਾਸੇ ਨੂੰ ਜਾਂਦੀ ਆ, ਇਹ ਸਾਰੀਆਂ ਗੱਲਾਂ ਬਾਤਾਂ ਜਥੇਦਾਰ ਸਾਹਿਬਾਂ ਨਾਲ ਆਪਾਂ ਕਰਨੀਆਂ। ਦੂਸਰੀ ਗੱਲ ਕਿ ਦੋ ਸਿੱਖਾਂ ਦੀ ਸ਼ਹਾਦਤ 14 ਅਕਤੂਬਰ 2015 ਨੂੰ ਸਤਨਾਮ ਵਾਹਿਗੁਰੂ ਜਪਦਿਆਂ ਮੌਕੇ ਦੀ ਤਤਕਾਲੀ ਸਰਕਾਰ, ਬਾਦਲ ਸਰਕਾਰ ਵੱਲੋਂ ਉਹਨਾਂ ਸਿੰਘਾਂ ਨੂੰ ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ ਸੀ, ਬੇਰਹਿਮੀ ਦੇ ਨਾਲ ਸ਼ਹੀਦ ਕਰ ਦਿੱਤਾ ਗਿਆ ਸੀ, ਉਸ ਦਾ ਵੀ ਕੋਈ ਇਨਸਾਫ ਨਹੀਂ ਮਿਲ ਸਕਿਆ। ਜਿਹੜਾ ਪਰਚਾ ਕੱਟਿਆ ਜਾਂਦਾ ਅਣਪਛਾਤੀ ਪੁਲਿਸ ਦੇ ਨਾਮ ਤੇ ਕੱਟਿਆ ਜਾਂਦਾ, ਹੱਦ ਹੋ ਗਈ। ਇਸ ਮੁਲਕ ਦੇ ਵਿੱਚ ਹੱਦਾਂ ਹੀ ਹੁੰਦੀਆਂ ਕਿ ਜਦੋਂ ਅਣਪਛਾਤੀ ਪੁਲਿਸ ਵੀ ਹੁੰਦੀ ਆ, ਇਹ ਮੌਕੇ ਦੀ ਸਰਕਾਰ ਹੀ ਉੱਤਰ ਦੇ ਦੇਵੇ, ਇਸ ਵੇਲੇ ਕੈਪਟਨ ਦੀ ਸਰਕਾਰ ਦੀ। ਇਸ ਤੋਂ ਇਲਾਵਾ ਪੰਜਾਬ ਦੇ ਪਾਣੀ ਆ ਜਿਹੜੇ ਦੂਸ਼ਿਤ ਹੋਏ ਪਏ ਆ, ਪਰਸੋਂ ਤੋਂ ਪੰਜਾਬ ਦੇ ਆਲੇ ਦੁਆਲੇ ਜਿਹੜੀ ਇੱਕ ਗਹਿਰ ਛਾਈ ਹੋਈ ਹੈ, ਤੁਸੀਂ ਸੋਚੋਗੇ ਕਿ ਇਹ ਗੱਲਾਂ ਸ਼ਾਇਦ ਮੋਰਚੇ ਤੋਂ ਲਾਂਭੇ ਕਰ ਰਿਹਾ, ਪਰ ਨਹੀਂ, ਇਹ ਵੀ ਸਾਡੇ ਪੰਜਾਬ ਦੀ ਆਬੋ ਹਵਾ ਦੀ ਗੱਲ ਹੈ। ਜਦੋਂ ਸਿੱਖ ਇੱਥੇ ਵਿਚਰ ਰਹੇ ਆ, ਉਹਨਾਂ ਦੇ ਚਿਹਰਿਆਂ ਦੇ ਉੱਤੇ ਘੱਟਾ ਜੰਮ ਜਾਂਦਾ, ਕੋਈ 10 ਮਿੰਟ ਲਈ ਫਿਰੇ ਤੁਰੇ, ਉਹਨਾਂ ਦੇ ਸਾਡੇ ਕੈਮਰੇ ਵੀ ਜਿਹੜੇ ਆ ਉਹ ਗੰਦੇ ਹੋ ਰਹੇ ਆ, ਘੱਟਾ ਇੰਨਾ ਫੈਲਿਆ ਹੋਇਆ। ਵਾਤਾਵਰਣ ਦੀ ਗੱਲ ਕੀਤੀ ਜਾ ਰਹੀ ਆ, ਦੋ ਸਿੰਘ ਜਿਹੜੇ ਸ਼ਹੀਦ ਕੀਤੇ ਗਏ ਬਾਦਲ ਸਰਕਾਰ ਵੱਲੋਂ 14 ਅਕਤੂਬਰ 2015 ਨੂੰ, ਉਹਨਾਂ ਦੇ ਦੋਸ਼ੀ ਪੁਲਿਸ ਕਰਮੀਆਂ ਪ੍ਰਤੀ ਕੈਪਟਨ ਸਰਕਾਰ ਕੀ ਰਵੱਈਆ ਰੱਖਦੀ ਆ, ਉਹ ਵੀ ਸਪਸ਼ਟ ਹੋਣਾ ਬਾਕੀ ਆ, ਉਹ ਸਮੇਂ ਨੇ ਕਰਨਾ, ਪਰ ਸਿੰਘ ਡਟੇ ਹੋਏ ਆ। ਸੋ ਚੌਥੀ ਗੱਲ ਜਿਹੜੀ ਖਾਸ ਤੌਰ ਤੋਂ ਜਿਹਦੇ ਬਾਰੇ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਸ਼ਹਾਦਤ ਹੋਈ, ਬਾਪੂ ਸੂਰਤ ਸਿੰਘ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਆ, ਉਹਨਾਂ ਦਾ ਸੰਘਰਸ਼ ਵੱਖ ਵੱਖ ਪੜਾਵਾਂ ਚੋਂ ਗੁਜ਼ਰਿਆ, ਕਦੇ ਚੜ੍ਹਦੀ ਕਲਾ ਹੋਈ, ਹੁਣ ਉਹ ਚਾਹੇ ਆਪਾਂ ਸਮਝਦੇ ਹਾਂ ਕਿ ਉਨੀ ਜ਼ਿਆਦਾ ਜਾਨ ਨਹੀਂ ਗਈ ਸੰਘਰਸ਼ ਦੇ ਵਿੱਚ ਦਿਸ ਰਹੀ, ਪਰ ਫਿਰ ਵੀ ਉਹ ਆਪਣੇ ਤੌਰ ਤੇ ਲੱਗੇ ਹੋਏ ਆ। ਉਸ ਮੰਗ ਨੂੰ ਅੱਗੇ ਤੋਰਨ ਵਾਸਤੇ ਵੀ ਸਿੰਘ ਸਾਹਿਬ ਜਿਹੜੇ ਆ ਡਟੇ ਹੋਏ ਆ, ਕਿ ਜਿਹੜੇ ਬੰਦੀ ਸਿੰਘ ਨੇ, ਜਿਨ੍ਹਾਂ ਨੇ ਉਮਰ ਦੀਆਂ ਕੈਦਾਂ ਜਿਹੜੀਆਂ ਨੇ ਉਹ ਪੂਰੀਆਂ ਕਰ ਲਈਆਂ, ਉਮਰ ਕੈਦਾਂ, ਪਰ ਉਮਰਾਂ ਪਰ ਲਈ ਉਹਨਾਂ ਨੂੰ ਕੈਦਾਂ ਦੇ ਵਿੱਚ ਸੁੱਟਿਆ ਗਿਆ, ਦਾੜੇ ਜਿਹੜੇ ਸਨ ਕਾਲੇ ਸਨ, ਕਈਆਂ ਦੇ ਉਲੂਵੇਂ ਦਾੜੇ ਸਨ, ਦਾੜੇ ਉੱਗੇ ਸਨ, ਤਾਂ ਉਹ ਦਾੜੇ ਚਿੱਟੇ ਹੋ ਚੁੱਕੇ ਆ, ਪਰ ਉਹ ਸਿੱਖਾਂ ਨੂੰ ਨਹੀਂ ਛੱਡਿਆ ਜਾ ਰਿਹਾ। ਭਾਈ ਗੁਰਦੀਪ ਸਿੰਘ ਖੇੜਾ ਵਰਗੇ ਸਿੱਖ ਜਿਹੜੇ 28-28 ਸਾਲਾਂ ਤੋਂ ਬੰਦ ਨੇ, ਅਜਿਹੇ ਸਿੱਖ ਹੋਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵਰਗੇ ਸਿੱਖ, ਸੋ ਆਦਿ ਸਾਰੀਆਂ ਗੱਲਾਂ ਇੱਥੇ ਵੱਖ ਵੱਖ ਕੌਮ ਦੇ
ਆਗੂ ਸਾਹਿਬਾਨ ਪਹੁੰਚੇ ਹੋਏ ਜਥੇਦਾਰਾਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਸ੍ਰੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਇੱਥੇ ਨੇ, ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਹਾਜ਼ਰ ਨੇ। ਮੈਂ ਤਿੰਨਾਂ ਆਗੂਆਂ ਦੇ ਨਾਲ ਤਿੰਨਾਂ ਜਥੇਦਾਰਾਂ ਨਾਲ ਗੱਲਬਾਤ ਕਰਨੀ ਆ। ਸਭ ਤੋਂ ਪਹਿਲਾਂ ਪ੍ਰਥਮ ਰੂਪ ਦੇ ਵਿੱਚ ਫਤਿਹ ਦੀ ਸਾਂਝ ਪਾਵਾਂ, ਕੈਮਰਾ ਲਾਗੇ ਕਰ ਲਓ, ਫਤਿਹ ਦੀ ਸਾਂਝ ਪਾਵਾਂ ਜਥੇਦਾਰ ਭਾਈ ਧਿਆਨ ਸਿੰਘ ਮੰਡ ਹੋਣਾ ਨਾਲ। ਫਿਰ ਅੱਗੇ ਗੱਲ ਸ਼ੁਰੂ ਕਰਦੇ ਹਾਂ, ਗੱਲਾਂ ਆਪਾਂ ਸੰਖੇਪ 'ਚ ਹੀ ਰੱਖਣੀਆਂ ਚਾਹੁੰਦੇ ਹਾਂ ਕਿਉਂਕਿ ਇੱਥੇ ਸਟੇਜ ਚੱਲ ਰਹੀ ਆ। ਨਾਲ ਦੀ ਨਾਲ ਕਵੀਸ਼ਰੀ ਸਿੰਘ ਗਾਉਣ ਲੱਗੇ ਸਨ ਪਰ ਉਹਨਾਂ ਨੂੰ ਜ਼ਰਾ ਕਿ ਸੰਕੋਚਿਆ। ਜਥੇਦਾਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੋਰਚੇ ਦਾ ਅੱਜ 15ਵਾਂ ਦਿਨ ਆ, 2 ਹਫ਼ਤੇ ਲੰਘ ਚੁੱਕੇ ਆ ਮੋਰਚੇ ਨੂੰ। ਥੋੜਾ ਕਿਰਪਾ ਕਰਕੇ ਅੱਗੇ ਆ ਜਾਓ। ਮੋਰਚੇ ਨੂੰ ਕਿੱਥੇ ਇੱਕ ਮਹਿਸੂਸ ਕਰ ਰਹੇ ਹੋ, 15 ਦਿਨਾਂ ਦੇ ਵਿੱਚ ਕੀ ਵਿਕਾਸ ਹੋਇਆ ਜਾਪ ਰਿਹਾ? ਇਹ ਮੋਰਚਾ ਗੁਰੂ ਸਾਹਿਬ ਦੇ ਵਾਸਤੇ ਲੱਗਿਆ, ਗੁਰੂ ਸਾਹਿਬ ਦੀ ਬੇਦਬੀ ਹੋਈ ਹੈ ਜੀ, ਤੇ ਇਹ ਮੋਰਚਾ ਸੋਚ ਸਮਝ ਕੇ ਲੱਗਿਆ, ਪੂਰੇ ਦਿਲ ਤੋਂ ਲੱਗਿਆ ਹੋਇਆ। ਇਹ ਮੋਰਚਾ ਜਿਹੜਾ ਕਾਮਯਾਬੀ ਵੱਲ ਵੱਧ ਰਿਹਾ, ਤੇ ਸੰਗਤਾਂ ਦੇ ਵਿੱਚ ਪੂਰਾ ਉਤਸ਼ਾਹ ਹੈ, ਤੇ ਸਰਕਾਰ ਨੂੰ ਵੀ ਭਾਜੜਾਂ ਪਈਆਂ ਹੋਈਆਂ ਨੇ, ਤੇ ਅਸੀਂ ਇੱਥੋਂ ਜਿੱਤ ਕੇ ਨਿਕਲਾਂਗੇ। ਇਹ ਵਿੱਚ ਵਿਚਾਲੇ ਵਾਲੀ ਗੱਲ ਨਹੀਂ, ਮੋਰਚੇ ਉਦੋਂ ਹੀ ਲੱਗਦੇ ਨੇ ਜਦੋਂ ਕੋਈ ਸੁਣਵਾਈ ਨਾ ਹੋਵੇ, ਤੇ ਸਾਡੇ ਸਿਰ ਤੋਂ ਪਾਣੀ ਲੰਘ ਗਿਆ। ਇਸ ਕਰਕੇ ਸਾਨੂੰ ਹੁਣ ਆਰ ਪਾਰ ਦੀ ਲੜਾਈ ਜਿਹੜੀ ਲੜਨੀ ਬਹੁਤ ਜ਼ਰੂਰੀ ਸੀ, ਤੇ ਉਹ ਅਸੀਂ ਸ਼ੁਰੂ ਕੀਤੀ। ਜਾਂ ਤਾਂ ਇਹਦਾ ਇਨਸਾਫ਼ ਮਿਲੂਗਾ, ਤੇ ਜਾਂ ਫਿਰ ਜਿਹੜੀ ਸਰਕਾਰ ਇਨਸਾਫ਼ ਨਹੀਂ ਦਊਗੀ ਫਿਰ ਉਹ ਸਰਕਾਰ ਪੰਜਾਬ ਦੇ ਵਿੱਚ ਰਹਿ ਨਹੀਂ ਸਕਦੀ। ਗੱਲਬਾਤ ਕਰਨ ਲਈ ਧੰਨਵਾਦ, ਮੈਨੂੰ ਇਹਦੇ ਵਿੱਚ ਹੀ ਤਕਰੀਬਨ ਉੱਤਰ ਮਿਲ ਗਿਆ। ਜਥੇਦਾਰ ਭਾਈ ਧਿਆਨ ਸਿੰਘ ਮੰਡ ਹੋਣਾ ਦਾ ਕਹਿਣਾ ਕਿ ਇਹ ਮੋਰਚਾ ਹੰਨੇ ਬੰਨੇ ਦਾ ਵਾ, ਆਰ ਪਾਰ ਦਾ ਵਾ, ਜੇ ਸਰਕਾਰ, ਇਹ ਵਾਰ ਵਾਰ ਇਹ ਗੱਲ ਦੁਹਰਾ ਰਿਹਾ ਜਥੇਦਾਰ ਭਾਈ ਧਿਆਨ ਸਿੰਘ ਮੰਡ, ਇਹ ਗੱਲ ਵਾਰ ਵਾਰ ਦੁਹਰਾ ਰਿਹਾ ਕਿ ਜੇ ਸਿੱਖਾਂ ਨੂੰ ਇਸ ਮੋਰਚੇ ਦਾ ਇਨਸਾਫ਼ ਨਹੀਂ ਮਿਲਦਾ ਤੇ ਇਹ ਸਰਕਾਰ ਜਿਹੜੀ ਸਥਿਰ ਨਹੀਂ ਰਹਿ ਸਕਦੀ, ਇਹ ਇਹਨਾਂ ਦਾ ਕਹਿਣਾ। ਬਾਕੀ ਰਾਸੀ ਤੌਰ ਤੇ ਵੀ ਤਕਰੀਬਨ ਕਾਫੀ ਹੱਦ ਤੱਕ ਜਿਹੜੀਆਂ ਪੰਜਾਬ ਦੀਆਂ ਰਾਸੀ ਤਰ੍ਹਾਂ ਇੱਥੇ ਪਹੁੰਚ ਰਹੀਆਂ, ਜਿਵੇਂ 1 ਤਰੀਕ ਨੂੰ ਕੱਟ ਸੀ ਤਾਂ ਉਸ ਦਿਨ ਬਾਦਲ ਦਲ, ਕਾਂਗਰਸ ਅਤੇ ਬੀਜੇਪੀ ਨੂੰ ਛੱਡ ਕੇ ਬਾਕੀ ਸਾਰੀਆਂ ਤਰ੍ਹਾਂ ਆਈਆਂ ਸਨ। ਇਹ ਵੀ ਕਿਹਾ ਜਾ ਰਿਹਾ ਕਿ ਕੱਲ ਸੁਖਪਾਲ ਸਿੰਘ ਖਹਿਰਾ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਨੇ ਉਹ ਵੀ ਇੱਥੇ ਪਹੁੰਚ ਰਹੇ ਆ। ਮੈਂ ਅਗਲਾ ਸਵਾਲ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਹੋਣਾ ਨਾਲ ਫਤਿਹ ਦੀ ਸਾਂਝ ਪਾਉਣ ਉਪਰੰਤ ਕਰਦਾ ਜੀ। ਜਥੇਦਾਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਮੈਂ ਉਸੇ ਸਵਾਲ ਨੂੰ ਦੁਹਰਾਉਣਾ ਹੋਵੇ ਤਾਂ 15ਵੇਂ ਦਿਨ ਅੱਜ ਮੋਰਚਾ ਕਿਸ ਸਥਿਤੀ ਤੇ ਹੈ? ਤੁਸੀਂ ਦੇਖ ਰਹੇ ਹੋ ਜਿੰਨੀਆਂ ਵੀ ਸਿੱਖ ਸੰਗਤਾਂ ਵੱਖ ਵੱਖ ਚੈਨਲਾਂ ਰਾਹੀਂ ਤੁਹਾਡੇ ਵਾਦੀ ਕੌਮ ਰਾਹੀਂ ਵੀ ਦੇਖ ਰਹੀਆਂ ਨੇ ਜੀ, ਇਹ ਜਿਹੜਾ ਮੋਰਚਾ ਹੈ ਸਫਲਤਾ ਵੱਲ ਨੂੰ ਵੱਧ ਰਿਹਾ ਹੈ। ਜਿਉਂ ਜਿਉਂ ਮੋਰਚੇ ਵਿੱਚ ਸੰਤ ਮਹਾਂਪੁਰਸ਼ ਜਥੇਬੰਦੀਆਂ ਸੰਗਤਾਂ ਸ਼ਮੂਲੀਅਤ ਕਰ ਰਹੀਆਂ ਨੇ, ਸਰਕਾਰ ਦੀ ਹਲਚਲ ਵੱਧ ਰਹੀ ਹੈ। ਜੋ ਅਸੀਂ ਅਖਬਾਰਾਂ 'ਚ ਟੀਵੀ ਤੇ ਪੜ੍ਹ ਰਹੇ ਸੁਣ ਰਹੇ ਹਾਂ ਕਿ ਦੋਸ਼ੀ ਫੜੇ ਗਏ ਜੀ, ਮਹਾਰਾਜ ਦੇ ਪੱਤਰੇ ਮਿਲ ਗਏ ਜੀ, ਮੋਟਰਸਾਈਕਲ ਮਿਲ ਗਿਆ ਜੀ, ਕੁਝ ਸਿੰਘਾਂ ਨੂੰ ਜੇਲ੍ਹ ਤਬਦੀਲੀ ਵੀ ਹੋ ਰਹੀ ਹੈ, ਇਹ ਸਾਰਾ ਕੁਛ ਪੜ੍ਹਨ ਸੁਣਨ ਨੂੰ ਮਿਲ ਰਿਹਾ ਤਾਂ ਲੱਗਦਾ ਕਿ ਸਰਕਾਰ ਹਲਚਲ 'ਚ ਹੈ। ਜਿਉਂ ਜਿਉਂ ਬਰਗਾੜੀ ਵੱਲ ਨੂੰ ਸੰਗਤਾਂ ਨੇ ਹਰਿਆਣਾ, ਰਾਜਸਥਾਨ, ਪੰਜਾਬ 'ਚੋਂ ਵਹੀਰਾਂ ਘੱਤੀਆਂ, ਅੱਜ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ, ਪਠਾਨਕੋਟ ਤੋਂ ਵੀ ਜਥੇ, ਔਰ ਸਾਰੀਆਂ ਜਥੇਬੰਦੀਆਂ ਜਿਹੜੀਆਂ ਨੇ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆ, ਯੂਨਾਈਟਡ ਅਕਾਲੀ ਦਲ 1920 ਆ, ਸੁਤੰਤਰ ਅਕਾਲੀ ਦਲ ਆ, ਦਲ ਖਾਲਸਾ ਵਾ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਭਾਈ ਜਸਵੀਰ ਸਿੰਘ ਆਏ ਹੈ, ਇੰਟਰਨੈਸ਼ਨਲ ਪੰਥਕ ਦਲ ਦੇ ਗਿਆਨੀ ਰਾਜਪਾਲ ਸਿੰਘ ਆਏ ਹੈ, ਬਾਬਾ ਨਛੱਤਰ ਸਿੰਘ ਕਮਲੀ ਵਾਲੇ ਆਏ ਹੋਏ ਆ, ਹੋਰ ਕਿੰਨੇ ਸੰਤ ਮਹਾਂਪੁਰਖ ਤੁਸੀਂ ਦੇਖ ਰਹੇ ਹੋ, ਟਕਸਾਲੀ ਮਹਾਂਪੁਰਖ, ਉਦਾਸੀ, ਨਿਰਮਲੇ ਔਰ ਕਾਰ ਸੇਵਾ ਵਾਲੇ,
ਔਰ ਇਸੇ ਤਰ੍ਹਾਂ ਰਾੜੇ ਵਾਲੇ, ਨਾਨਕ ਸਾਹਿਬ ਵਾਲੇ, ਜਿਸ ਤਰ੍ਹਾਂ ਸੰਪਰਦਾਵਾਂ ਟਕਸਾਲਾਂ ਜਥੇਬੰਦੀਆਂ ਇੱਧਰ ਨੂੰ ਬਹੀਰਾਂ ਘੱਟ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀਆਂ ਕੱਲ੍ਹ ਕਿੱਡੀ ਵੱਡੀ ਗਿਣਤੀ 'ਚ ਸਾਰੀਆਂ ਇਕੱਠੀਆਂ ਹੋ ਕੇ ਮਾਰਚ ਲੈ ਕੇ ਆਈਆਂ, ਇਹਦੇ ਤੋਂ ਸਰਕਾਰ ਵਿੱਚ ਪੂਰੀ ਹਲਚਲ ਆ, ਪਰ ਇਸ ਦੇ ਨਾਲ ਮੋਰਚਾ ਸਫਲਤਾ ਵੱਲ ਜਾ ਰਿਹਾ, ਪਰ ਵਿਰੋਧੀਆਂ ਦੇ ਖੇਮੇ 'ਚ ਵੀ ਹਲਚਲ ਆ, ਜਿਹੜੇ ਨਹੀਂ ਚਾਹੁੰਦੇ ਕਿ ਜਿਹੜਾ ਅਕਾਲ ਤਖ਼ਤ ਜੋ ਮੋਰਚਾ ਲੱਗਿਆ ਹੋਇਆ ਬਰਗਾੜੀ ਦੀ ਧਰਤੀ ਦੇ ਉੱਤੇ ਪੰਥ ਦਾ ਮੋਰਚਾ ਵੀ ਅਸਫਲ ਹੋਵੇ। ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਆਪਣੇ ਟੀਵੀ ਚੈਨਲਾਂ ਦੇ ਉੱਤੇ ਬੜਾ ਗਲਤ ਪ੍ਰਚਾਰ ਸ਼ੁਰੂ ਕੀਤਾ ਹੋਇਆ, ਉਹ ਸਿੱਖ ਸੰਗਤਾਂ ਨੂੰ ਦੋਸ਼ੀ ਤੇ ਉਹ ਡੇਰੇ ਵਾਲੇ ਨੂੰ ਤੇ ਡੇਰੇ ਦੇ ਪ੍ਰੇਮੀਆਂ ਨੂੰ ਸਾਧ ਦੇ ਤੌਰ ਤੇ ਜਿਵੇਂ ਹੁਣ ਤੱਕ ਉਹ ਪੇਸ਼ ਕਰਦੇ ਰਹੇ, ਇਸੇ ਤਰ੍ਹਾਂ ਪੇਸ਼ ਕਰ ਰਹੇ ਆ। ਇਹਦਾ ਕੀ ਕਾਰਨ ਸਮੇਂ ਦੇ ਤੌਰ ਤੇ? ਕਿਉਂਕਿ ਜਦੋਂ ਡੇਰੇ ਵਾਲੇ ਦੇ ਉੱਤੇ ਜੇ ਸਕੰਜਾ ਕੱਸਿਆ ਜਾ ਰਿਹਾ ਉਹਦੇ ਪੈਰੋਕਾਰਾਂ ਤੇ ਇਹ ਉਸ ਮੌਕੇ ਦੀ ਸਰਕਾਰ ਜੋ ਬਾਦਲ ਦਲ ਦੀ ਸੀਗੀ, ਤੇ ਉਹਨਾਂ ਨੂੰ ਵੀ ਲੱਗ ਰਿਹਾ ਵੀ ਸਾਡੀ ਸ਼ਮੂਲੀਅਤ ਵੀ ਇਹਦੇ ਵਿੱਚ ਜਿਹੜੀ ਆ ਉਹ ਨਸ਼ਰ ਹੋਊਗੀ ਜੇਕਰ ਡੇਰੇ ਵਾਲੇ ਨੂੰ ਮਤਲਬ ਸਕੰਜਾ ਕੱਸਿਆ ਜਾਂਦਾ। ਉਹਨਾਂ ਦਾ ਆਪਣਾ ਚੈਨਲ PTC ਉਹਦੇ ਉੱਤੇ ਇੰਨਾ ਧੂੰਆਂਧਾਰ ਪ੍ਰਚਾਰ ਡੇਰੇ ਦੇ ਹੱਕ 'ਚ ਤੇ ਮੋਰਚੇ ਦੇ ਪੰਥ ਦੇ ਖਿਲਾਫ ਕੀਤਾ ਜਾ ਰਿਹਾ ਜੋ ਸੰਗਤਾਂ ਦੇਖ ਰਹੀਆਂ ਨੇ। ਪਰ ਅਸੀਂ ਨਿਮਰਤਾ ਸਹਿਤ ਅਪੀਲ ਕਰਨੀ ਚਾਹੁੰਦੇ ਹਾਂ ਕਿ ਉਹਨਾਂ ਨੂੰ ਵੀ ਇਸ ਗੱਲ ਤੋਂ ਗੁਰੇਜ਼ ਕਰਨਾ ਚਾਹੀਦਾ, ਇਹ ਪੰਥ ਦਾ ਕੌਮ ਦਾ ਮੋਰਚਾ। ਉਹਨਾਂ ਨੇ ਜ਼ੋਰ ਕੇਵਲ TV ਚੈਨਲਾਂ ਰਾਹੀਂ ਜਾਂ ਆਪਣੇ ਸੋਰਸਾਂ ਰਾਹੀਂ ਸੋਸ਼ਲ ਮੀਡੀਆ ਰਾਹੀਂ ਨਹੀਂ, ਸਰਕਾਰ ਤੱਕ ਵੀ ਸੈਂਟਰ ਗੌਰਮੈਂਟ ਤੱਕ ਵੀ ਉਹਨਾਂ ਨੇ ਪਹੁੰਚ ਕਰਕੇ ਕਿਹਾ ਕਿ ਬਰਗਾੜੀ ਮੋਰਚੇ ਦੀਆਂ ਮੰਗਾਂ ਨਾ ਮੰਨੀਆਂ ਜਾ, ਇਸ ਵਾਸਤੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਜਾਵੇ, ਉਹਨੂੰ ਦੌਕਾ ਮਾਰਿਆ ਜਾਵੇ ਮੁੱਖ ਮੰਤਰੀ ਪੰਜਾਬ ਨੂੰ ਸੈਂਟਰ ਤੋਂ। ਉਹਨਾਂ ਨੇ ਮੁਲਾਕਾਤ ਵੀ ਕੀਤੀ ਹੈ, ਮੁਲਾਕਾਤ ਕਰਕੇ ਵੀ ਇਹ ਜਿਹੜੀਆਂ ਮਤਲਬ ਗੱਲਾਂ ਨੇ ਜਿਹੜੀਆਂ ਸਾਹਮਣੇ ਆ ਰਹੀਆਂ ਉਹ ਪੰਥ ਦੇ ਸਾਹਮਣੇ ਸਾਰਾ ਕੁਛ ਆ ਰਿਹਾ, ਪੰਥ ਦੇ ਹਿਤੈਸ਼ੀ ਵੀ, ਪੰਥ ਦੇ ਸੇਵਾਦਾਰ ਵੀ, ਔਰ ਪੰਥ ਦੇ ਨਾਲ ਜਿਹੜਾ ਹੈਗਾ ਗਦਾਰੀ ਕਰਨ ਵਾਲੇ ਜਿਹੜੇ ਆ ਵਿਰੋਧ ਕਰਨ ਵਾਲੇ ਉਹ ਵੀ ਸਾਰੇ ਸਾਹਮਣੇ ਆ ਰਹੇ ਆ, ਉਹ ਐਕਟਰ ਨੇ। ਪਰ ਗੁਰੂ ਸਾਹਿਬ ਦੀ ਕਿਰਪਾ, ਜਿਵੇਂ ਆਪਾਂ ਇੱਥੇ ਅਰਦਾਸ, ਅੱਜ ਸੰਕ੍ਰਾਂਤ ਦਾ ਦਿਨ ਹੈ, 12 ਮਾਹ ਦੀ ਬਾਣੀ ਦਾ ਜਾਪ ਹੋਇਆ, ਕਥਾ ਕੀਰਤਨ ਹੋ ਰਿਹਾ, ਅਰਦਾਸ ਕੀਤੀ ਹੈ ਗੁਰੂ ਦੇ ਚਰਨਾਂ 'ਚ ਕਿ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਇਸ ਮੋਰਚੇ ਨੂੰ ਸਫਲ ਕਰਨ, ਕਿਉਂਕਿ ਪੰਥ ਦਾ ਮੋਰਚਾ ਪੰਥ ਦੀਆਂ ਮੰਗਾਂ ਨੇ, ਨਾ ਤਾਂ ਇਕੱਲੇ ਮੰਡ ਸਾਹਿਬ ਦਾ, ਨਾ ਦਾਦੂਵਾਲ ਸਾਹਿਬ ਦਾ, ਨਾ ਇਕੱਲੇ ਹਵਾਰਾ ਸਾਹਿਬ ਦਾ, ਨਾ ਜਨਾਲਾ ਸਾਹਿਬ, ਨਾ ਕਿਸੇ ਹੋਰ ਦਾ, ਇਹ ਸਾਰੇ ਪੰਥ ਦਾ ਮੋਰਚਾ ਸਰਬੱਤ ਖਾਲਸਾ ਦੇ ਥਾਪੇ ਜਥੇਦਾਰਾਂ ਵੱਲੋਂ ਜੋ ਐਲਾਨ ਕੀਤਾ ਵਾ, ਇਹ ਸਾਰੀ ਪੰਥ ਦੀ ਕੌਮ ਦੀਆਂ ਭਾਵਨਾ ਤੇ ਸਾਰੇ ਜਿੰਨੀਆਂ ਸੰਪਰਦਾਵਾਂ ਟਕਸਾਲਾਂ ਇਹਦੇ ਚ ਸ਼ਮੂਲੀਅਤ ਕਰ ਰਹੀਆਂ ਨੇ ਉਹਦੇ ਨਾਲ ਹੋਰ ਇਹਨੂੰ ਬਲ ਮਿਲ ਰਿਹਾ। ਪਰ ਜਿਹੜੇ ਵਿਰੋਧੀ ਨੇ ਉਹ ਇਸ ਤਰੀਕੇ ਨਾਲ, ਪਰ ਅਸੀਂ ਉਹਨਾਂ ਨੂੰ ਵੀ ਕਹਿੰਦੇ ਉਹ ਵੀ ਆਉਣ ਸਾਰੇ ਇੱਥੇ ਜਿਹੜੇ ਵਿਰੋਧ ਤਾਂ ਛੱਡ ਕੇ ਇਹ ਪੰਥ ਦਾ ਮੋਰਚਾ ਇਹਦੇ ਵਿੱਚ ਸ਼ਮੂਲੀਅਤ ਕਰਨ। ਹੁਣ ਇਹਦੇ ਨਾਲ ਦੁੱਧ ਦਾ ਦੁੱਧ, ਪਾਣੀ ਦਾ ਪਾਣੀ, ਜਿਵੇਂ ਜਥੇਦਾਰ ਮਨ ਸਾਹਿਬ ਨੇ ਕਿਹਾ ਕਿ ਹੁਣ ਇਹ ਆਰ ਪਾਰ ਦੀ ਲੜਾਈ ਆ, ਇਹਦੇ ਚ ਫੈਸਲਾ ਹੋ ਜਾਣਾ, ਜਾਂ ਤਾਂ ਸਰਕਾਰ ਨੂੰ ਮੰਗਾਂ ਮੰਨਣੀਆਂ ਪੈਣਗੀਆਂ, ਨਹੀਂ ਤੇ ਇੱਥੇ ਸਰਕਾਰਾਂ ਨਹੀਂ ਦਿਸਣਗੀਆਂ, ਇੱਥੇ ਪੰਥ ਖਾਲਸਾ ਹੀ ਦਿਸੂਗਾ। ਇਹ ਜਿਹੜੇ ਪੰਥ ਦੇ ਮੁੱਦੇ ਆ ਉਹਦੇ ਤੇ ਸਰਕਾਰ ਨੂੰ ਤੁਰੰਤ ਧਿਆਨ ਦੇਣਾ ਚਾਹੀਦਾ, ਤੇ ਅਸੀਂ ਜੋ ਸੰਗਤਾਂ ਦਾ, ਸੰਤ ਮਹਾਂਪੁਰਸ਼ਾਂ ਦਾ ਤੇ ਜਥੇਬੰਦੀਆਂ ਦਾ ਸਹਿਯੋਗ ਮਿਲ ਰਿਹਾ, ਜਿਵੇਂ ਆਪਣੇ ਆਪ ਹੀ ਨਗਰਾਂ ਤੋਂ ਗੁਰੂ ਕੇ ਲੰਗਰ ਪਕਾ ਕੇ ਅੱਜ ਤੁਸੀਂ ਦੇਖ ਰਹੇ ਹੋ, ਕਿੰਨੇ ਥਾਵਾਂ ਤੋਂ ਪਾਣੀ ਦੀਆਂ ਛਬੀਲਾਂ ਆਈਆਂ ਹੋਈਆਂ, ਲੰਗਰ ਆਏ ਹੋਏ ਆ, ਮਹਾਂਪੁਰਸ਼ ਲੈ ਕੇ ਆ ਰਹੇ ਆ ਸੰਗਤਾਂ, ਉਹਦੇ ਨਾਲ ਸਾਨੂੰ ਇਹ ਉਮੀਦ ਆ ਕਿ ਇਹ ਮੋਰਚਾ ਜਿਹੜਾ ਹੈਗਾ ਗੁਰੂ ਦੀ ਕਿਰਪਾ ਨਾਲ, ਸਾਨੂੰ ਪੂਰੀ ਆਸ ਆ ਕਿ ਇਹ ਸਫਲ ਹੋਣਾ, ਤੇ ਜਿਉਂ ਜਿਉਂ ਸੰਗਤਾਂ ਮਹਾਂਪੁਰਸ਼ ਜਥੇਬੰਦੀਆਂ ਆ ਰਹੇ ਆ, ਸਾਡੀ ਧੀਰਜ, ਸਾਡੀ ਨਿਮਰਤਾ ਉਹਦੇ ਚ ਵਾਧਾ ਹੋ ਰਿਹਾ ਕਿ ਗੁਰੂ ਸਾਹਿਬ ਕਿਰਪਾ ਕਰ ਰਹੇ ਆ, ਸੰਗਤਾਂ ਪੰਥ ਕਿਰਪਾ ਕਰ ਰਿਹਾ ਵਾ, ਤੇ ਸਾਨੂੰ ਸਾਡੀ ਜ਼ਿੰਮੇਵਾਰੀ ਦਾ ਅਹਿਸਾਸ ਹੋ ਰਿਹਾ ਕਿ ਇਹ ਜਿਹੜਾ ਮੋਰਚਾ ਇਹ ਪੂਰੀ ਸਫਲਤਾ ਦੇ ਨਾਲ ਜਿਹੜਾ ਸਮਾਪਤ। ਇੱਕ ਸਵਾਲ ਮੈਂ ਆਖਿਰ ਚ ਕਰਨਾ ਕਿ 2015 ਜਦ ਸਰਬੱਤ ਖਾਲਸਾ ਹੋਇਆ, ਮੈਂ ਉਸ ਸਾਰੇ ਦੌਰ ਦੇ ਵਿਚਾਲੋਂ ਦੀ ਆਪ ਲੰਘਿਆ ਹੋਇਆ,
ਪਰ ਇਸ ਵਾਰੀ ਤੁਸੀਂ ਵੇਖ ਰਹੇ ਹੋ, ਖੁਦ ਮਹਿਸੂਸ ਕਰ ਰਹੇ ਹੋ ਕਿ ਵਧੇਰੇ ਜਥੇਬੰਦੀਆਂ ਸਹਿਯੋਗ ਕਰ ਰਹੀਆਂ। ਇੱਕ ਤਰੀਕੇ ਨਾਲ ਪੰਥਕ ਸਫਬੰਦੀ ਜਿਹੜੀ ਆ ਇੱਕ ਮੁਰਤਾ ਦੇ ਵਿੱਚ ਉਹ ਬਣ ਚੁੱਕੀ ਆ। ਬਾਬਾ ਹਰਨਾਮ ਸਿੰਘ ਖਾਲਸਾ ਵੀ ਆਏ ਦਮਦਮੀ ਸਾਹਿਬ ਦੇ ਮੁਖੀ, ਹੋਰ ਵੀ ਜਿਹੜੇ ਆਗੂਆਂ ਦੇ ਹੋ ਸਕਦਾ, ਮੈਂ ਉਹ ਉਸ ਪਾਸੇ ਨਹੀਂ ਜਾਣਾ ਚਾਹੁੰਦਾ, ਕੋਈ ਮਤਭੇਦ ਹੋ ਸਕਦੇ ਆ, ਵਿਚਾਰਕ ਤੌਰ ਤੇ ਕੁਛ ਨਾ ਕੁਛ ਹੋ ਸਕਦੇ ਆ, ਜਿਹੜੀ ਹੁਣ ਇਸ ਵੇਲੇ ਇੱਕ ਮੁਰਤਾ ਤੁਹਾਨੂੰ ਦਿਸ ਰਹੀ ਆ ਪੰਥਕ ਤੌਰ ਦੇ ਉੱਤੇ, ਕੀ ਤੁਸੀਂ ਆਸ ਕਰਦੇ ਹੋ ਕਿ ਭਵਿੱਖ ਦੇ ਵਿੱਚ ਇਹ ਬਣੀ ਰਹੇਗੀ? ਦੇਖੋ, ਇਹ ਜਿਹੜਾ ਮੋਰਚਾ ਹੈ ਨਾ, ਇਹ ਕਿਸੇ ਧੜੇ ਵੱਲੋਂ ਨਹੀਂ ਹੈ, ਇਹ ਸਰਬੱਤ ਖਾਲਸਾ ਜਥੇਦਾਰਾਂ ਵੱਲੋਂ ਲਾਇਆ ਗਿਆ ਤੇ ਅਸੀਂ ਖੁੱਲ੍ਹ ਦਿਲੀ ਨਾਲ ਸਾਰਿਆਂ ਨੂੰ ਸੱਦਾ ਦਿੱਤਾ, ਸਵਾਗਤ ਕੀਤਾ ਇੱਥੇ ਆਇਆਂ ਦਾ। ਔਰ ਆਉਣ ਤੋਂ ਪਹਿਲਾਂ ਜਿਹੜੇ ਵੀ ਆਉਂਦੇ ਆ ਇੱਥੇ, ਜਿਹੜੇ ਪਹਿਲਾਂ ਨਹੀਂ ਆਏ, ਅਸੀਂ ਪਹਿਲਾਂ ਕਹਿੰਦੇ ਵੀ ਕਿਸੇ ਨੇ ਕਿਸੇ ਦੇ ਖਿਲਾਫ ਕੋਈ ਲਫ਼ਜ਼ ਨਹੀਂ ਕਹਿਣੇ। ਅਸੀਂ ਬਹੁਤ ਸੰਕੋਚ ਕਰ ਰਹੇ ਹਾਂ, ਜਿਹੜੇ ਕੋਈ ਬੁਲਾਰੇ ਵੀ ਉਹਨਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਵੀ ਕਿਸੇ ਦੇ ਖਿਲਾਫ ਨਹੀਂ। ਨਿਹੰਗ ਸਿੰਘ ਜਥੇਬੰਦੀਆਂ ਵੀ ਵੱਡੀ ਗਿਣਤੀ ਜਾ ਰਹੀਆਂ, ਅਸੀਂ ਸਾਰਿਆਂ ਦਾ ਸਵਾਗਤ ਕਰ ਰਹੇ ਹਾਂ। ਸੋ ਇਸ ਕਰਕੇ ਸਾਨੂੰ ਲੱਗਦਾ, ਗੁਰੂ ਕਿਰਪਾ ਕਰੂ, ਮੋਰਚਾ ਸਫਲ ਹੋਊਗਾ, ਏਕਤਾ ਬਣੀ ਰਹੂਗੀ, ਤੇ ਜੋ ਸਾਡਾ ਸੱਦਾ ਖੁੱਲੇ ਦਿਲ ਨਾਲ ਦਿੱਤਾ ਗਿਆ ਉਹਨੂੰ ਕੌਮ ਖੁੱਲੇ ਦਿਲ ਨਾਲ ਪ੍ਰਵਾਨ ਕਰ ਰਹੀ ਹੈ। ਠੀਕ ਹੈ ਜੀ, ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਥੇਦਾਰ ਬਾਬਾ ਬਲਜੀਤ ਸਿੰਘ ਦਾਦੂਵਾਲ ਹੁਣਾਂ ਨਾਲ ਗੱਲਬਾਤ ਕਰਨ ਦੇ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਹੁਣਾਂ ਨਾਲ ਗੱਲਬਾਤ ਕਰਦੇ ਹਾਂ। ਮੈਂ ਥੋੜਾ ਜਿਹਾ ਕੰਕਲੂਡ ਕਰਦਿਆਂ ਕਿ ਇਸ ਵਾਰ ਜੋ ਪਹਿਲਾਂ ਨਾਲੋਂ ਇਹ ਫਰਕ ਲੱਗਾ ਕਿ ਪੰਥਕ ਇੱਕ ਮੁਰਥਾ ਜਿਹੜੀ ਆ, ਇਸ ਤੋਂ ਸਾਰੇ ਸੰਸਾਰ ਦੇ ਵਿੱਚ ਜਿਹੜੇ ਸਿੱਖ ਨੇ ਉਹ ਤਸੱਲੀ ਮਹਿਸੂਸ ਕਰਦੇ ਆ ਕਿ ਸ਼ੁਕਰ ਆ, ਕਿਸੇ ਕਾਰਨ ਤਾਂ ਸਿੱਖ ਇਕੱਠੇ ਹੋਏ ਜਾਪੇ, ਅਸੀਂ ਵੱਖ ਵੱਖ ਧਿਰਾਂ ਵਿੱਚ ਧੜਿਆਂ ਵਿੱਚ ਲੱਖ ਹੋਈਏ, ਪਰ ਜਦੋਂ ਪੰਥ ਦੀ ਗੱਲ ਆ ਜਾਂਦੀ ਆ, ਉੱਥੇ ਜਿਹੜੀ ਏਕਤਾ ਦਾ ਪ੍ਰਗਟਾਵਾ ਕਰਨਾ ਹੁੰਦਾ, ਉਹ ਇਸ ਮੋਰਚੇ ਦੀ ਕਾਫੀ ਹੱਦ ਤੱਕ ਜਿਹੜਾ ਖੁਸ਼ੀ ਵਾਲੀ ਗੱਲ ਆ ਉਹ ਦਿਸ ਰਹੀ ਆ। ਪਰ ਜਿਹੜਾ ਸੰਘਰਸ਼ ਆ, ਜਿਸ ਕੰਮ ਨੂੰ ਲੈ ਕੇ ਮੋਰਚਾ ਇਹ ਸ਼ੁਰੂ ਹੋਇਆ, ਉਹ ਫਤਿਹ ਹੋਣਾ ਅਜੇ ਬਾਕੀ ਆ। ਕੁਝ ਕੁਝ ਜਿਹੜੇ ਅੰਸ਼ ਨੇ ਉਹ ਸ਼ੁਰੂ ਹੋਏ ਆ ਕਿ ਜਿਵੇਂ ਕੁਝ ਗ੍ਰਿਫਤਾਰੀਆਂ ਹੋਈਆਂ, ਪਰ ਜਥੇਦਾਰਾਂ ਦਾ ਇਹ ਕਹਿਣਾ ਕਿ ਫਿਲਹਾਲ ਅਸੀਂ ਨਤੀਜਿਆਂ ਤੋਂ ਪਹਿਲਾਂ ਉਸ ਨੂੰ ਗੱਲ ਨੂੰ ਫਤਿਹ ਨਹੀਂ ਸਮਝਦੇ। ਨਤੀਜਾ ਜਿਹੜਾ ਵਾ ਉਹ ਕਹਿੰਦੇ ਫਤਿਹ ਦੇ ਵਿੱਚ ਹੋਊਗਾ, ਇਹ ਉਹਨਾਂ ਦਾ ਵਿਚਾਰਕ ਤੌਰ ਤੇ ਇੱਕ ਮਜ਼ਬੂਤੀ ਜਿਹੜੀ ਹੁੰਦੀ ਮਨ ਦੀ ਉਹ ਇਹਨਾਂ ਦਰਸਾਈ ਆ। ਮੈਂ ਫਤਿਹ ਦੀ ਸਾਂਝ ਪਾਵਾਂ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਹੋਣਾ ਨਾਲ ਜੋ ਇੱਥੇ ਮੋਰਚੇ ਦੇ ਵਿੱਚ ਪਹੁੰਚੇ ਹੋਏ ਆ। ਤੁਹਾਨੂੰ ਦੱਸ ਦਈਏ ਕਿ ਗੁਰਦੁਆਰਾ ਸੰਤ ਖਾਲਸਾ, ਜੋ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ 14ਵੇਂ ਮੁਖੀ ਦਮਦਮੀ ਟਕਸਾਲ, ਕੌਮ ਦਾ ਮਾਣ, ਉਸ ਸਥਾਨ ਤੋਂ ਹਰ ਐਤਵਾਰ ਇੱਥੇ ਲੰਗਰ ਪਹੁੰਚਾਇਆ ਜਾਂਦਾ। ਇਹ ਪਿਛਲੀ ਵਾਰ ਐਲਾਨ ਕਰਕੇ ਗਏ ਸੀ, ਇਸੇ ਤਰੀਕੇ ਨਾਲ ਲੰਗਰ ਉੱਥੋਂ ਹਰ ਐਤਵਾਰ ਆ ਰਿਹਾ। ਤੇ ਹੋਰ ਵੀ ਜਿਹੜੀਆਂ ਨੇੜੇ ਤੇੜੇ ਦੀਆਂ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਆਪਣੀ ਜ਼ਿੰਮੇਵਾਰੀ ਸਮਝ ਰਹੀਆਂ, ਨੇੜਲੇ ਜਿਹੜੇ ਇਲਾਕੇ ਨੇ, ਪਿੰਡ ਨੇ, ਇੱਥੋਂ ਤੱਕ ਜਿਵੇਂ ਅੱਜ ਗੁਰਦਾਸਪੁਰ ਤੋਂ ਵੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਸਾਹਿਬਾਨ ਦੇ ਅਗਵਾਈ ਵਿੱਚ ਇੱਕ ਵੱਡਾ ਜਥਾ ਇੱਥੇ ਆਇਆ ਹੋਇਆ। ਸੋ ਇਸ ਤਰੀਕੇ ਨਾਲ ਦੂਰ ਦਰੇਡੇ ਤੋਂ, ਹੋਰਾਂ ਸੂਬਿਆਂ ਤੋਂ ਵੀ ਸਿੱਖ ਸੰਗਤਾਂ ਆਈਆਂ ਹੋਈਆਂ, ਜਿਵੇਂ ਤੁਸੀਂ ਸਾਡੇ ਚੱਲ ਰਹੇ ਕੈਮਰੇ ਚ ਬਾਅਦ ਚ ਵੇਖ ਲਓਗੇ ਕਿ ਗਿਣਤੀ ਜਿਹੜੀ ਸਿੱਖ ਸੰਗਤਾਂ ਦੀ ਆ ਉਹ ਹਜ਼ਾਰਾਂ ਦੀ ਆ। ਇਹ ਮੋਰਚਾ ਕੋਈ ਛੋਟਾ ਨਹੀਂ ਹੁਣ ਰਹਿ ਗਿਆ, ਇਸ ਮੋਰਚੇ ਨੂੰ ਵੱਡੀ ਸਫਲਤਾ ਮਿਲਣ ਦੀ ਆਸ ਇਸ ਕਰਕੇ ਬਣ ਜਾਂਦੀ ਆ ਕਿ ਸਿੱਖ ਸੰਗਤਾਂ ਦਾ ਵੱਡਾ ਹਿੱਸਾ ਇਸ ਦੇ ਨਾਲ ਸਰੀਰਕ ਤੌਰ ਤੇ, ਭਾਵਨਾ ਤੌਰ ਤੇ ਜੁੜ ਚੁੱਕਾ। ਸੋ ਮੈਂ ਗੱਲਬਾਤ ਸ਼ੁਰੂ ਕਰਾਂ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਹੋਣਾ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ। ਇਸ ਮੋਰਚੇ ਤੁਸੀਂ ਆਏ ਹੋ, ਚਾਰ ਕੁ ਮੰਗਾਂ ਆਪਾਂ ਪਹਿਲਾਂ ਜਿਹੜੀਆਂ ਵਾ ਜ਼ਿਕਰ ਕਰ ਚੁੱਕੇ ਹਾਂ, ਕੀ ਮਹਿਸੂਸ ਕਰਦੇ ਹੋ ਕਿ ਮੋਰਚਾ ਹੁਣ ਤੱਕ ਕਿਸ ਪਾਸੇ ਨੂੰ ਜਾ ਰਿਹਾ? ਮੈਂ ਇਹੀ ਮਹਿਸੂਸ ਕਰਦਾ ਕਿ ਜੋ ਭਾਈ ਧਿਆਨ ਸਿੰਘ ਹੋਣਾ ਨੇ ਤੁਰੰਤ ਫੈਸਲਾ ਲੈ ਕੇ, ਜਿਵੇਂ ਉਹਨਾਂ ਦੱਸਿਆ ਹੀ ਹੈ ਕਿ ਕਾਫੀ ਸੋਚ ਵਿਚਾਰ ਤੋਂ ਬਾਅਦ ਉਹਨਾਂ ਨੇ ਫੈਸਲਾ ਲਿਆ ਹੈ, ਪਰ ਇਹ ਕਿਸੇ ਦਾ ਨਿੱਜੀ ਮੋਰਚਾ ਨਹੀਂ, ਕਿਉਂਕਿ ਇਹ ਕੋਈ ਸਥਾਨਕ ਮੋਰਚਾ ਨਹੀਂ ਜਾਂ ਇਕੱਲੇ ਬਰਗਾੜੀ ਦਾ ਮੋਰਚਾ ਨਹੀਂ, ਦੁਨੀਆਂ ਭਰ ਦੇ ਵਿੱਚ ਸਿੱਖ ਵਸਦੇ ਆ, ਸਭ ਦੀਆਂ ਭਾਵਨਾ ਬਲੁੰਦਰੀਆਂ ਹੋਈਆਂ ਆ ਵੀ ਇੰਨੀ ਦੇਰ ਤੋਂ ਚੈਲੰਜ ਕਰਕੇ ਜਦੋਂ ਅਸੀਂ ਤੁਹਾਡਾ ਗੁਰੂ ਸਾਹਿਬ ਚੋਰੀ ਕੀਤਾ ਲੱਭ ਕੇ ਦਿਖਾਓ, ਇਹੋ ਜਿਹੇ ਪੋਸਟਰ ਵੀ ਲਾਏ, ਉਦੋਂ ਤੋਂ ਹੀ
ਵੱਖ ਵੱਖ ਪੜਾਵਾਂ ਦੇ ਵਿੱਚ ਦੀ ਸਿੱਖ ਇਹ ਮੰਗ ਨੂੰ ਕਰਦੇ ਆਏ, ਪਰ ਇਹਦੇ ਵਿੱਚ ਹਾਲੇ ਤੱਕ ਸਾਨੂੰ ਕੋਈ ਸਫਲਤਾ ਨਹੀਂ ਮਿਲੀ। ਹੁਣ ਜਦੋਂ ਇਹਨਾਂ ਨੇ ਬੜੀ ਦ੍ਰਿੜਤਾ ਦੇ ਨਾਲ ਹੀ ਮੋਰਚਾ ਲਾਇਆ ਕਿ ਜਦੋਂ ਤੱਕ ਇਹ ਸਾਨੂੰ ਇਹਦੇ ਵਿੱਚ ਸਫਲਤਾ ਨਹੀਂ ਮਿਲ ਜਾਂਦੀ, ਅਸਲ ਦੋਸ਼ੀ ਨਹੀਂ ਫੜੇ ਜਾਂਦੇ, ਉਦੋਂ ਤੱਕ ਇਹ ਮੋਰਚਾ ਜਾਰੀ ਰਹੇਗਾ। ਉਹ ਤੋਂ ਲੈ ਕੇ ਸਿੱਖ ਸੰਗਤਾਂ ਦੇ ਵਿੱਚ ਫਿਰ ਇੱਕ ਉਭਾਰ ਪੈਦਾ ਹੋਇਆ ਕਿ ਸਾਨੂੰ ਆਪਣੇ ਨਿੱਜੀ ਮਤਭੇਦ ਭੁਲਾ ਕੇ, ਛੋਟੇ ਮੋਟੇ ਵਖਰੇਵੇ ਭੁਲਾ ਕੇ ਸਾਨੂੰ ਤਹਿ ਦਿਲੋਂ ਇਹਦਾ ਸਹਿਯੋਗ ਦੇਣਾ ਚਾਹੀਦਾ। ਇਸੇ ਸੰਬੰਧ ਵਿੱਚ ਹੀ ਅਸੀਂ ਦਮਦਮੀ ਟਕਸਾਲ ਵੱਲੋਂ ਬਾਬਾ ਹਰਨਾਮ ਸਿੰਘ ਦੀ ਅਗਵਾਈ ਵਿੱਚ ਪਿਛਲੀ 8 ਜੂਨ ਨੂੰ ਅਸੀਂ ਆਏ ਸੀ, ਕਿਉਂਕਿ ਪਹਿਲਾਂ ਸ਼ਹੀਦੀ ਹਫ਼ਤਾ ਚੱਲਦਾ ਸੀ, 1 ਜੂਨ ਤੋਂ ਸ਼ੁਰੂ ਕੀਤਾ, 1 ਜੂਨ ਤੋਂ ਹੀ ਸ਼ਹੀਦੀ ਹਫ਼ਤਾ ਚੱਲਦਾ ਹੁੰਦਾ। ਅਸੀਂ ਤੁਰੰਤ ਹੀ ਉਹਦੇ ਤੋਂ ਬਾਅਦ ਇੱਥੇ ਪਹੁੰਚੇ ਔਰ ਭਾਈ ਸਾਹਿਬ ਹੋਣਾ ਨੂੰ ਅਸੀਂ ਵਿਸ਼ਵਾਸ ਦਵਾਇਆ ਵੀ ਤੁਹਾਡੇ ਨਾਲ ਹੈ, ਹਰ ਤਰ੍ਹਾਂ ਦਾ ਜਿਵੇਂ ਤੁਸੀਂ ਕਹੋ ਤੁਹਾਡੇ ਨਾਲ ਸਹਿਯੋਗ ਦੇਵਾਂਗੇ। ਜਿੱਥੇ ਵੀ ਜਾਈਦਾ ਸੰਗਤਾਂ ਨੂੰ ਪ੍ਰੇਰੀਦਾ ਵੀ ਆਪਾਂ ਇਕੱਠੇ ਹੋਵੋ, ਛੋਟੇ ਛੋਟੇ ਥਾਵਾਂ ਜਿਹੜੇ ਗ੍ਰੰਥੀ ਸਿੰਘ ਨੇ, ਮਹਾਂਪੁਰਖ ਨੇ, ਭਾਵੇਂ ਛੋਟੇ ਸਰਕਲ ਚ ਨੇ, ਪਰ ਜਦੋਂ ਸ਼ਮੂਲੀਅਤ ਕਰਦੇ ਆ ਤੇ ਮੋਰਚੇ ਚ ਤਾਂ ਉਹਦੀ ਕਾਮਯਾਬੀ ਵੱਲ ਸਾਡੇ ਕਦਮ ਵੱਧਦੇ ਆ। ਜੋ ਕੁਝ ਸਾਨੂੰ ਅਖਬਾਰਾਂ ਰਾਹੀਂ, ਪ੍ਰੈਸ ਰਾਹੀਂ ਪੜ੍ਹਨ ਨੂੰ ਮਿਲ ਰਿਹਾ ਇਹ ਬੜਾ ਕੰਧਲਾ ਹੈ, ਕਿਉਂਕਿ ਕਿਸੇ ਦਿਨ ਤੇ ਅਖਬਾਰ ਚ ਵਿੱਚ ਆ ਜਾਂਦਾ ਹੈ ਕਿ ਮਹਾਰਾਜ ਦਾ ਸਰੂਪ ਹੀ ਮਿਲ ਗਿਆ, ਕਿਸੇ ਦਿਨ ਆ ਜਾਂਦਾ ਕਿਸੇ ਦੋਸ਼ੀ ਫੜ ਲਿਆ, ਕਿਸੇ ਦਿਨ ਆ ਜਾਂਦਾ ਪੈਰ ਨੱਪ ਲਈਆ, ਬੜੀ ਨਜ਼ਦੀਕ ਨੇੜੇ ਪਹੁੰਚ ਗਏ ਆ। ਇਹ ਤੇ ਬਾਦਲ ਸਰਕਾਰ ਵੇਲੇ ਵੀ ਗੱਲਾਂ ਚੱਲਦੀਆਂ ਸੀ, ਬਹੁਤ ਨੇੜੇ ਆ, ਬਹੁਤ ਨੇੜੇ ਆ। ਜਦੋਂ ਇੱਕ ਵਾਰੀ ਕੈਪਟਨ ਸਰਕਾਰ ਤੋਂ ਬਾਅਦ ਜਦੋਂ ਸਾਹਮਣੇ ਆਏ ਵੀ ਮਹਾਰਾਜ ਸਰੂਪ ਵੀ ਮਿਲ ਗਿਆ, ਸੰਗਤਾਂ ਦੇ ਵਿੱਚ ਇਹੋ ਜਿਹਾ ਵਾਰ ਹੋਇਆ ਵੀ ਸਾਨੂੰ ਬਾਕੀ ਗੱਲਾਂ ਛੱਡੋ। ਜਦੋਂ ਕਿਉਂਕਿ ਇਹ ਇੱਕ ਸਿੱਖਾਂ ਦੇ ਹਿਰਦਿਆਂ ਵਿੱਚ ਬਹੁਤ ਦੁਖਦਾਈ ਘਟਨਾ ਹੈ ਕਿ ਗੁਰੂ ਸਾਹਿਬ ਦਾ ਸਰੂਪ ਹੀ ਨਾ ਮਿਲਣਾ, ਪਤਾ ਨੀ ਕਿਸ ਹਾਲਤ ਚ। ਜਦੋਂ ਇਹ ਇੱਕ ਤਸੱਲੀ ਪ੍ਰਟਾਈ ਗਈ ਵੀ ਚਲੋ ਘੱਟੋ ਘੱਟ ਗੁਰੂ ਸਾਹਿਬ ਸਰੂਪ ਮਿਲਿਆ, ਪਰ ਇੱਕ ਪੁਲਿਸ ਅਫਸਰ ਨੇ ਇਹਦਾ ਖੰਡਨ ਕਰ ਦਿੱਤਾ ਵੀ ਨਹੀਂ, ਸਾਨੂੰ ਕੋਈ ਸਰੂਪ ਨਹੀਂ ਮਿਲਿਆ। ਉਹ ਤੇ ਇੱਕ ਜਨਮ ਸਾਖੀ ਸੀ, ਉਹ ਵੀ ਇੱਕ ਸਟੱਡੀ ਵਾਸਤੇ ਲਿਆਂਦੀ ਗਈ ਸੀ। ਇਸ ਗੱਲ ਨੂੰ ਫਿਰ ਮੋੜ ਦਿੱਤਾ ਗਿਆ ਹੈ, ਕੋਈ ਮੈਨੂੰ ਲੱਗਦਾ ਨਹੀਂ ਕਿ ਜੋ ਕੁਝ ਕਿਹਾ ਗਿਆ ਉਹ ਸੱਚਾਈ ਹੋਵੇ। ਇਹ ਜਾਣ ਬੁੱਝ ਕੇ ਇਹਨੂੰ ਫਿਰ ਮੋੜ ਦਿੱਤਾ ਗਿਆ ਕਿ ਇਹਨੂੰ ਹਲੇ ਕਿਸ ਢੰਗ ਦੇ ਨਾਲ ਪ੍ਰਗਟ ਕਰਨਾ, ਨਹੀਂ ਕਰਨਾ ਜਾਂ ਕੋਰਟ ਚੋਲ ਹੀ ਰੱਖਣਾ, ਕਿਉਂਕਿ ਕੇਂਦਰ ਸਰਕਾਰ ਕਦੇ ਨੀ ਚਾਹੇਗੀ ਕਿ ਸਿੱਖਾਂ ਦਾ ਏਡਾ ਵੱਡਾ ਮਸਲਾ ਇਹ ਜੀ ਇਸ ਢੰਗ ਦੇ ਨਾਲ ਅਸੀਂ ਹੱਲ ਕਰ ਦਈਏ, ਜਿਹਦਾ ਕ੍ਰੈਡਿਟ, ਜਿਹਦਾ ਸਿਹਰਾ ਕਿਸੇ ਵਿਅਕਤੀ ਵਿਸ਼ੇਸ਼ ਨੂੰ ਮਿਲੇ ਜਾਂ ਸਿੱਖ ਕੌਮ ਨੂੰ ਮਿਲੇ, ਉਹ ਆਪਣੇ ਢੰਗ ਦੇ ਨਾਲ ਹੀ ਦਬਾਅ ਠੀਕ ਕਿਹਾ ਹੈ ਭਾਈ ਦਾਦੂਵਾਲ ਸਾਹਿਬ ਨੇ ਕਿ ਹੋ ਸਕਦਾ ਉੱਤੋਂ ਕਿਸੇ ਨੇ ਭੋਰੀ ਵੱਟੀ ਹੋਵੇ ਵੀ ਤੁਸੀਂ ਇਹਨੂੰ ਰੋਕੋ, ਇਹ ਤਾਂ ਰੋਕ ਦਿੱਤਾ ਗਿਆ। ਪਰ ਇਹਨਾਂ ਸਭ ਗੱਲਾਂ ਦੇ ਬਾਵਜੂਦ ਮੈਂ ਇੱਕ ਬੇਨਤੀ ਕਰਨਾ ਚਾਹਾਂਗਾ, ਮੋਰਚੇ ਕਈ ਵਾਰੀ ਲੱਗਦੇ ਨੇ, ਬੜੀ ਚੜ੍ਹਦੀ ਕਲਾ ਚ ਉਭਾਰ ਹੋ ਜਾਂਦਾ ਹੈ, ਪਰ ਮੋਰਚੇ ਦੇ ਸੰਚਾਲਕਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਆ। ਕੱਲ ਪਰਸੋਂ ਹੀ ਮੈਂ ਮੀਡੀਆ ਤੇ ਸੁਣ ਰਿਹਾ ਸੀ, ਕੋਈ ਇੱਥੇ ਬੁਲਾਰਾ ਬੋਲ ਰਿਹਾ ਸੀ ਕਿ ਜਿਹੜਾ ਇਸ ਮੋਰਚੇ ਵਿੱਚ ਨਹੀਂ ਆਏਗਾ ਉਹਨੂੰ ਗੁਦਾਰਾਂ ਦੀ ਲਿਸਟ 'ਚ ਲਿਖਿਆ ਜਾਏਗਾ। ਇਹੋ ਜਿਹੀਆਂ ਗੱਲਾਂ ਸਾਡੇ ਲਈ ਘਾਤਕ ਹੋ ਜਾਂਦੀਆਂ, ਕਈ ਨਹੀਂ ਆ ਸਕਦੇ, ਵਿਦੇਸ਼ਾਂ 'ਚ ਬੈਠੇ ਨੇ, ਦੂਰ ਨੇ। ਸਾਨੂੰ ਸਾਡੀ ਅਪੀਲ ਇਹੀ ਹੋਣੀ ਚਾਹੀਦੀ ਵੀ ਜਿੱਥੇ ਵੀ ਗੁਰਸਿੱਖ ਬੈਠਾ ਉਹ ਇਸ ਮੋਰਚੇ 'ਚ ਸ਼ਮੂਲੀਅਤ ਕਰੇ, ਨਹੀਂ ਕਰ ਸਕਦਾ ਅਰਦਾਸ ਕਰੇ, ਬਾਣੀ ਪੜ੍ਹੇ, ਸਾਡੇ ਲਈ ਇਸ ਮੋਰਚੇ ਦੀ ਕਾਮਯਾਬੀ ਲਈ ਜਿਵੇਂ ਵੀ ਉਹ ਯੋਗਦਾਨ ਪਾ ਸਕਦਾ ਪਾਵੇ। ਅਸੀਂ ਇਹੋ ਜਿਹਾ ਕੋਈ ਲਫ਼ਜ਼ ਇੱਥੋਂ ਨਾ ਕਹੀਏ ਜਿਹਦੇ ਨਾਲ ਕਿਸੇ ਵੀ ਵਿਅਕਤੀ ਵਿੱਚ ਦੂਰੀ ਵਧੀ ਰਹੇ, ਬਲਕਿ ਅਸੀਂ ਇਹ ਵੀ ਚਾਹਾਂਗੇ ਜਿਹੜੇ ਅਕਾਲੀ ਦਲ ਬਾਦਲ ਦੇ SGPC ਮੈਂਬਰ ਹੈ ਜਾਂ ਪ੍ਰਧਾਨ ਸ਼੍ਰੋਮਣੀ ਕਮੇਟੀ ਆ ਉਹਨੂੰ ਤੁਰੰਤ ਇੱਥੇ ਆਉਣਾ ਚਾਹੀਦਾ, ਕਿਉਂਕਿ ਇਹ ਮਸਲਾ ਧਿਆਨ ਸਿੰਘ ਮੰਨਦਾ ਨਹੀਂ ਹੈ। ਉਹ ਇੱਕ ਚੁਣੀ ਹੋਈ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ, ਉਹਦੇ ਨਾਲ ਦੁਨੀਆਂ ਦੇ ਵਿੱਚ, ਸੈਂਟਰ ਦੇ ਵਿੱਚ, ਪੰਜਾਬ ਦੇ ਵਿੱਚ ਸਾਡੇ ਇਸ ਮੋਰਚੇ ਦਾ ਰੋਹ ਵੱਧਦਾ ਹੈ, ਤਾਕਤ ਵੱਧਦੀ ਹੈ। ਲੌਂਗੋਵਾਲ ਸਾਹਿਬ ਨੂੰ ਆਉਣਾ ਚਾਹੀਦਾ, ਉਹਦੇ ਨਾਲ ਜੈਕਟੋ ਨੂੰ ਆਉਣਾ ਚਾਹੀਦਾ, ਜਿੰਨੇ ਬੰਦੇ ਆ ਸਕਣ ਉਹਨਾਂ ਨੂੰ ਸਾਡੀ ਅਪੀਲ ਹੈ, ਆਉਣਾ ਨਾ ਆਉਣਾ ਉਹਨਾਂ ਦੀ ਮਰਜ਼ੀ ਆ, ਪਰ ਸਾਡੀ ਅਪੀਲ ਹੈ ਕਿ ਅਸੀਂ
ਇਸ ਨਿੱਜੀ ਮਤਭੇਦਾਂ ਤੋਂ ਥੋੜਾ ਜਿਹਾ ਉੱਪਰ ਉੱਠ ਕੇ ਦੇਖੋ ਇਹਨਾਂ ਨੇ ਬੜੇ ਦ੍ਰਿੜਤਾ ਦੇ ਨਾਲ ਇਸ ਵਿਸ਼ਵਾਸ ਨੂੰ ਦੜਾਇਆ ਵੀ ਜਿਹੜਾ ਵੀ ਆਵੇਗਾ ਉਹਦਾ ਪੂਰਾ ਮਾਣ ਸਤਿਕਾਰ ਰੱਖਿਆ ਜਾਏਗਾ। ਕਈ ਤੋਖਲੇ ਪ੍ਰਗਟ ਕਰਦੇ ਨੇ ਕਿ ਅਸੀਂ ਜੋ ਉੱਥੇ ਜਾਵਾਂਗੇ ਪਤਾ ਨੀ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ, ਪਰ ਇਹ ਹਾਲਾਤ ਜਿਹੜੇ ਪਹਿਲਾਂ ਹੀ ਗੁਰੂ ਸਾਹਿਬ ਦੇ ਨਾਂ ਮਿਲਣਾ, ਗੁਰੂ ਸਾਹਿਬ ਦਾ, ਗੁਰੂ ਸਾਹਿਬ ਦੀ ਬੇਅਦਬੀ ਦੇ ਸਰੂਪ ਵਿੱਚ ਹੀ ਪੈ ਰਹਿਣਾ, ਇਦੂ ਵੱਡਾ ਸਿੱਖਾਂ ਦੇ ਕੀ ਹਾਲਾਤ ਹੋ ਜਾਊਗਾ। ਇਸ ਵਾਸਤੇ ਬਾਕੀ ਗੱਲਾਂ ਛੋਟੀਆਂ ਨੇ ਜੋ ਵੀ ਆਉਣਗੇ ਮੇਰੇ ਹਿਸਾਬ ਦੇ ਨਾਲ ਤਾਂ, ਕਿਉਂਕਿ ਮੈਂ ਸੰਚਾਲਕ ਨਹੀਂ ਗਾ, ਮੈਂ ਤਾਂ ਇੱਕ ਸਹਿਯੋਗੀ ਹਾਂ। ਮੇਰੀ ਇਹਨਾਂ ਨੂੰ ਬੇਨਤੀ ਹੈ ਜਿਹੜੇ ਸੰਚਾਲਕ ਨੇ ਕਿ ਜੇ ਵੀ ਆਉਂਦਾ ਸਾਨੂੰ ਨਿੱਜੀ ਅਪਰੋਚ ਵੀ ਕਰਨੀ ਪੈਂਦੀ ਹੈ, ਕਰਨੀ ਚਾਹੀਦੀ ਹੈ। ਜਿੰਨਾ ਸਿੱਖ ਪੰਥ ਦੇ ਵੱਖ ਵੱਖ ਧੜਿਆਂ ਦਾ, ਵੱਖ ਵੱਖ ਸੰਸਥਾਵਾਂ ਦਾ ਇੱਥੇ ਆ ਕੇ ਸਾਨੂੰ ਸਹਿਯੋਗ ਮਿਲੇਗਾ, ਉਨੀ ਸੈਂਟਰ ਸਰਕਾਰ ਨੂੰ ਉਸ ਦਬਾਅ ਥੱਲੇ ਕੁਝ ਗੱਲਾਂ ਕਰਨੀਆਂ ਪੈਣਗੀਆਂ ਕਿ ਇਹ ਪੰਜਾਬ ਜੇ ਇਹ ਰੋਜ਼ ਕਹਿੰਦੇ ਨੇ ਕਿ ਇਹ ਇੱਕ ਬਾਰਡਰ ਦਾ ਏਰੀਆ ਹੈ, ਸਿੱਖ ਕੌਮਾਂ ਦੀ ਕੌਮ ਦੀਆਂ ਹੋਰ ਬੜੀਆਂ ਦੁਖਦਾਈ ਮੰਗਾਂ ਨੇ ਜਿਹੜੀਆਂ ਹਾਲੇ ਤੱਕ ਅਸੀਂ ਮੰਨੀਆਂ ਹੀ ਨਹੀਂ, ਕਈ ਪਾਸਿਆਂ ਤੋਂ ਸਿੱਖ ਦੁਖੀ ਨੇ। ਇਹ ਨਾ ਹੋਵੇ ਕਿ ਇਹ ਵੱਧ ਵੱਧਦਾ ਕੰਮ ਉਸ ਪਾਸੇ ਚਲੇ ਜਾਵੇ, ਇਸ ਦਬਾਅ ਥੱਲੇ ਵੀ ਉਹ ਸਭ ਕੁਝ ਮੰਨ ਸਕਦੇ ਨੇ, ਪਰ ਅੱਜ ਦੀ ਸਥਿਤੀ ਵਿੱਚ ਮੈਂ ਸਮਝਦਾ ਹਾਲੇ ਸਾਨੂੰ ਕੋਈ ਬਹੁਤੀ ਕਾਮਯਾਬੀ ਮਿਲੀ ਨਹੀਂ। ਸਾਨੂੰ ਬਹੁਤ ਭੰਬਲ ਭੂਸੇ ਚ ਪਾਇਆ ਜਾ ਰਿਹਾ, ਕੁਝ ਕਿੰਤੂ ਕਰਨ ਧਿਆਨ ਸਿੰਘ ਤੇ, ਕੁਝ ਕਿੰਤੂ ਕਰਨ ਬਲਜੀਤ ਸਿੰਘ ਤੇ, ਕੁਝ ਕਿੰਤੂ ਕਰਨ, ਇਹੋ ਜਿਹੀ ਸਥਿਤੀ ਸੈਂਟਰ ਵੱਲੋਂ ਬਣਾਈ ਜਾ ਰਹੀ। ਕੱਲ ਸਰੂਪ ਮਿਲ ਗਿਆ ਜੀ, ਨਹੀਂ ਮਿਲਿਆ ਜੀ, ਅੱਜ ਦੋਸ਼ੀ ਫੜ ਲਏ ਜੀ, ਨਹੀਂ ਜੀ ਇਹ ਤਾਂ ਸਟੱਡੀ ਵਾਸਤੇ ਇੱਕ ਜਨਮ ਸਾਖੀ ਰੱਖੀ ਸੀ ਜੀ, ਜਾਣ ਬੁੱਝ ਕੇ ਇਹੋ ਜਿਹੀਆਂ ਕਹਾਣੀਆਂ ਘੁਮਾਈਆਂ ਜਾ ਰਹੀਆਂ। ਸਾਨੂੰ ਸਭ ਪੱਖਾਂ ਤੋਂ ਸੁਚੇਤ ਹੋ ਕੇ ਡਟੇ ਰਹਿਣਾ ਚਾਹੀਦਾ, ਗੁਰੂ ਸਾਹਿਬ ਤੇ ਭਰੋਸਾ ਰੱਖਣਾ ਚਾਹੀਦਾ। ਜਿਵੇਂ ਜਿਵੇਂ ਅਸੀਂ ਗੁਰੂ ਸਾਹਿਬ ਤੇ ਭਰੋਸਾ ਰੱਖਾਂਗੇ, ਨਿਮਰਤਾ ਰੱਖਾਂਗੇ, ਸਭ ਨੂੰ ਕਲਾਵ ਵਿੱਚ ਲੈਣ ਦਾ ਯਤਨ ਕਰਾਂਗੇ, ਇਹ ਮੋਰਚਾ ਕਾਮਯਾਬੀ ਵੱਲ ਵਧੇਗਾ। ਗੱਲਬਾਤ ਕਰਨ ਲਈ ਤੁਹਾਡਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸੋ ਇਹ ਗੱਲਬਾਤ ਕੀਤੀ ਹੈ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਹੋਣਾ ਨਾਲ, ਉਹਨਾਂ ਤੋਂ ਪਹਿਲਾਂ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਭਾਈ ਧਿਆਨ ਸਿੰਘ ਮੰਡ ਹੋਣਾ ਨਾਲ ਗੱਲਬਾਤ ਕੀਤੀ ਹੈ। ਮੋਰਚਾ ਜਾਰੀ ਆ, ਮੋਰਚੇ ਨੂੰ ਸਫਲਤਾ ਕਦ ਮਿਲਦੀ ਆ, ਕਦ ਸਿੱਖਾਂ ਨੂੰ ਜਿੱਤ ਨਸੀਬ ਹੁੰਦੀ ਆ, ਪਰ ਜਿਹੜਾ ਕੁੱਲ ਮਿਲਾ ਕੇ ਭਾਰਤ ਵਿੱਚ ਜਿਹੜਾ ਸਿੱਖਾਂ ਦਾ ਇਤਿਹਾਸ ਰਿਹਾ, ਹਾਕਮ ਨਹੀਂ ਚਾਹੁੰਦਾ ਕਿ ਤੁਹਾਨੂੰ ਫਤਿਹ ਨਸੀਬ ਹੋਵੇ, ਤੁਸੀਂ ਆਪਣਾ ਹੱਕ ਖੋਹ ਲਵੋ, ਸੰਘਰਸ਼ ਕਰ ਲਵੋ, ਤਾਂ ਫਿਰ ਜਿਹੜੀ ਇਹ ਗੱਲ ਕੋਈ ਨੇੜੇ ਆ ਜਾਵੇ ਤਾਂ ਗੱਲ ਵੱਖਰੀ ਆ। ਪਰ ਫਿਲਹਾਲ ਇਸ ਮੋਰਚੇ ਦੇ ਸੰਚਾਲਕਾਂ ਦੀ, ਜਥੇਦਾਰ ਸਾਹਿਬਾਨ ਦੀ ਜਿਹੜੀ ਵਚਨਬੱਧਤਾ ਵਾ ਮੋਰਚੇ ਪ੍ਰਤੀ ਬੜੀ ਕਾਇਮ ਆ, ਉਹ ਸਪਸ਼ਟ ਰੂਪ ਚ ਕਹਿ ਰਿਹਾ ਕਿ ਅਸੀਂ ਮੋਰਚਾ ਫਤਿਹ ਹੋਣ ਤੋਂ ਪਹਿਲਾਂ ਨਹੀਂ ਉੱਠਾਂਗੇ, ਸਾਡੀਆਂ ਮੰਗਾਂ ਜਿੰਨਾ ਚਿਰ ਸੰਪੂਰਨ ਰੂਪ ਚ ਪੂਰੀਆਂ ਨਹੀਂ ਕਰ ਦਿੱਤੀਆਂ ਜਾਂਦੀਆਂ, ਉਹਨਾਂ ਚਿਰ ਅਸੀਂ ਇਸ ਨੂੰ ਫਤਿਹ ਦਾ ਐਲਾਨ ਨਹੀਂ ਕਰਾਂਗੇ। ਸੋ ਹੁਣ ਤੱਕ ਦੀ ਜਿਹੜੀ ਗੱਲਬਾਤ ਆ ਤੁਸੀਂ ਆਵਾਜ਼ੇ ਕੌਮ ਟੀਵੀ ਦੇ ਰਾਹੀਂ ਇੱਥੋਂ ਬਰਗਾੜੀ ਤੋਂ ਵੇਖੀ, ਤੁਹਾਡਾ ਸਾਰਿਆਂ ਦਾ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਬਾਅਦ ਵਿੱਚ ਗੱਲਬਾਤ ਕਰਦੇ ਹਾਂ, ਚਲਾਈ ਰੱਖੋ ਤੁਸੀਂ ਮੋਬਾਈਲ, ਚੱਕ ਲਓ ਆਪਣੀ, ਮੇਰਾ ਮੋਬਾਈਲ ਉਸ ਕਰ ਮੇਰੇ ਜੇਬ ਚ ਬੱਕੀ ਦਾ ਵਾ, ਹਾਂ ਆਪਣੀ ਇੱਕ ਕਰ ਰੱਖ ਲਓ, ਮੁੰਡਾ ਆਉਂਦਾ ਇੱਥੇ ਨਾਲ ਨਹੀਂ ਆਇਆ ਸੀ ਜਿਹੜਾ ਬੜੀ ਕਾਲ ਸਾਹਿਬ ਹੋ ਗਈ ਜੀ, ਕੱਲੇ ਆਇਆ ਚਲਦੇ ਨਾਲੇ ਸਿਗਨਲ ਕਰਦੇ।
ਮੈਂ ਨਾ ਕਰ ਲਈ ਮੈਂ ਲੈ ਕੇ ਕਦੋਂ ਗਿਆ ਪਾਵਰ ਬੈਂਕ ਦੁਬਾਰਾ ਹੋਵਾਂਗੇ ਠੀਕ ਹੈ ਇੱਕ ਵਾਰੀ ਕੱਟ